ਵਾਲੀ ਸਾਈਡ ਬੈਂਡੀ ਸ਼ਰਮਾ ਦੀ ਟੀਮ 50 ਦੇ ਕਰੀਬ ਸੀ ਕਿਵਰੇ ਜੈਨੇਵਾਲ ਦੀ ਟੀਮ ਹੈ ਔਰ ਦੂਜੇ ਪਾਸੇ ਜੋਧਪੁਰੀਆ ਟੀਮ ਹੈ ਮੇਰੇ ਮਿੱਤਰੋ ਤੇ ਇਧਰ ਜੋਧਪੁਰੀਆ ਅਨਿਲ ਖੇਡ ਰਿਹਾ ਚੋਬਰ ਔਰ ਬਹੁਤ ਵੱਡੀ ਟੱਕਰ ਜਿਹੜੀ ਖੇਡ ਦੇ ਮੈਦਾਨ 'ਚ ਸ਼ੁਰੂ ਹੋ ਚੁੱਕੀ ਹੈ ओके ओके मनोज वीरे शेयर कर दो भाई रणजीत जौल फाइनल मैच है फाइनल वीरे रणजीत जौल जनेतपुरा वेलकम भाई और बैंडी शर्मा साडा वीर कह रहा है भी आ फाइनल मैच दे विच गुरजीत चैने वाली आज 10 पॉइंट जोड़ता है मोडीफाई स्कूटर दे नाल वड्डा मारदे सरदार चैने वाले पिंड दे गुरजीत चैने वाले वर्सेस जोधपुरी दा रणजीत वीरे 10 पॉइंट दे चैने वाले च जोधपुरिया अनिल जोधपुरी दे चौंटी बईए वाल जोधपुरिया अनिल शेयर कर दो खिच के वीरे कोच तो नंबर लेंदा है ते ओने जड़े 200 दे नाल वड्डे मारते सम्मान कीते जाणगे जोधपुरिया अनिल जिन्नियां बाला कोच ते मार के नंबर जोड़दा है ते ओने जड़े 200 दे नाल वड्डे मारते सम्मान कर दिते जाणगे और कोच जे अनिल दे अनिल जे कोच ते बाल मारदा है ते कमेटी वाले वीरां वल्लों ओने जड़े 100 दे नाल वड्डे मारते सम्मान कर दिते जाणगे मुकाबला बड़ा चोटी दा है ਲੈਵੀ ਸੰਦੀਪ ਭਾਈ ਇੱਕ ਵਾਰੀ ਪਾਰਟ ਜ਼ਰੂਰ ਦੱਸੀ ਕਿੰਨੇ ਕਿੰਨੇ ਹੋ ਗਏ ਨੇ ਆ ਚੱਲਦੇ ਹੋ ਮੈਚ ਦੇ ਹਾਲੇ ਲੱਭ ਆ ਲਈ ਠੀਕ ਹੈ 0-0 ਹੀ ਆ ਜੇ ਵੀਰੇ 0-0 ਜੌਂਟੀ ਗੁਰਜੀਤ ਤੇ ਜਿੰਨੀਆਂ ਬਾਲਾਂ ਮਾਰੂ 500 ਦੀ ਆ ਬਾਈ ਦਿਲਪ੍ਰੀਤ ਵੱਲੋਂ ਜੌਂਟੀ ਗੁਰਜੀਤ ਤੇ ਹੈਲੋ और जौंटी बइयाल मड़ा कोई गौर रख लवे जंगा ओके ओके दिलप्रीत दस देंगे वीरे कौन क्यों नवाब जौंटी दियां गुरजीत ते बालां गिल नहीं जंगा लगी होनी चाहिए ड्रॉप नहीं बाल बजी होवे ठीक है और जौंटी जिन्नियां बालां गुरजीत ते मारदा पर बाल लगी होनी चाहिए है जौंटी जिन्नियां बालां गुरजीत ते मारदा है ड्रॉप नहीं वीरे बाल लगी होनी चाहिए आ दिलप्रीत गिल कनेडा वाला साडा वीर कहना पा वरिंदर ओने 500 बई ओने 500 दे नाल वड्डे मान सम्मान जिहड़े कीते जाणगे बइयाल पिंड दा जौंटी चैने वाले पिंड दे गुरजीत ते जिन्नियां बाला मार के नंबर जोड़दा है ओने 500 दे नाल आओ वड्डे मान ते सम्मान जिहड़े कर दिंदे जाणगे हाले मेरे मित्रों शुरुआत होई है इन्हां टीमां दी मेरे मित्रों आपस विच तू तू मैं काफी हुंदी रहिंदी है आओ लागदार रौला अजे 0-0 ही है दलवीर वीरे 0-0 ही है जी फाइनल मैच अख पूरी पैली है आओ सामने जोधपुरी टीम दे लई उधरले पासे उन्होंने जौंटी सद्या होया है ਤੇ ਇਧਰ ਜੋਧਪੁਰੀਆ ਅਨਿਲ ਖੇਡ ਰਿਹਾ ਮੇਰੇ ਮਿੱਤਰੋ ਆਓ ਕੱਲੇ ਕੱਲੇ ਦੇ ਪ੍ਰੈਸ਼ਰ ਨਹੀਂ ਸੀ ਆਈ ਵੀਰੇ ਭੇਤੀ ਭੇਤੀ ਆ ਮੇਰੇ ਮਿੱਤਰੋ ਆਓ ਮੁੰਡੇ ਇਹਦੀਆਂ ਖੂਬੀਆਂ ਖਾਮੀਆਂ ਜਾਣਦੇ ਆ ਤੇ ਇਹ ਸਭ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਕਿਹਨੇ ਕਿੱਥੋਂ ਮਾਰ ਖਾਣੀ ਆ ਵੀ ਕੌਣ ਕੌਣ ਕਿੰਦਾ ਸਾਡੇ ਹੱਥ 'ਚ ਗਵਾਈ ਤੇ ਕੌਣ ਕੌਣ ਚਾਹੁੰਦਾ ਆਓ ਸਾਡੀ ਦੇਖਣੀ ਤਬਾਈ ਤੇ ਕਿਹਨੇ ਕਰਦੇ ਆ ਪਿੱਠ ਪਿੱਛੇ ਵਾਰ ਬਾਈ ਮਿੱਤਰਾਂ ਨੂੰ ਸਾਧ ਖਬਰਾਂ ਆ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ ਆਓ ਮਿੱਤਰਾਂ ਨੂੰ ਸਾਧ ਖਬਰਾਂ ਇਹਨੂੰ ਮੇਰੇ ਮਿੱਤਰੋ ਕੱਲੇ ਕੱਲੇ ਦਾ ਪਤਾ ਵੀ ਕਿਹਨੇ ਕੀ ਕਰਨਾ ਹੈ ਫਾਈਨਲ ਮੈਚ ਹੈ ਲਹਿੰਗੇ ਵਾਲੀ ਦੀ ਧਰਤੀ ਹੈ ਇੱਕ ਗੱਲ ਹੋਰ ਪੱਕੀ ਹੈ ਲੈ ਵੀ ਹਰਪ੍ਰੀਤ ਦਾ ਮੈਚ ਬਹੁਤ ਲੰਬਾ ਚੱਲਣਾ ਹੈ ਲੋਕਾਂ ਦੀ ਆਸ ਉਮੀਦ ਉਮੀਦ ਝੋਟੀ ਪੈ ਗਿਆ ਗੁਰਜੀਤ ਦੇ ਮਗਰ ਮਿੱਤਰੋ ਪਾਲਾ ਗੁਰਜੀਤ ਦੇ ਲਾਉਣ ਨੂੰ ਫਿਰਦਾ ਪਰ ਗੁਰਜੀਤ ਦੇ ਪਾਲ ਲਾਉਣੀ ਵੀ ਕੋਈ ਖਾਲਾ ਜੀ ਦਾ ਪਾੜਾ ਨਹੀਂ ਆਓ ਗੁਰਜੀਤ ਦੇ ਵੀ ਬਾਲ ਲਾਉਣੀ ਕੋਈ ਖਾਲਾ ਜੀ ਦਾ ਬਾੜਾ ਥੋੜੀ ਆ ਆਓ ਨੰਬਰ ਜੁੜ ਗਿਆ ਪਹਿਲਾ ਮੇਰੇ ਖਿਆਲ
1-0 ਹੋ ਗਏ ਵੀਰੇ। ਔਰ ਇਧਰਲੇ ਪਾਸੇ ਜੋਧਪੁਰੀਆ ਅਨਿਲ ਜਿੰਨੀਆਂ ਬਾਲਾਂ ਕੋਚ ਤੇ ਮਾਰ ਕੇ ਨੰਬਰ ਜੋੜਦਾ ਹੈ ਉਹ ਹਰ ਇੱਕ ਬਾਲ ਦਾ 500 ਦਿੱਤਾ ਜਾਣਾ ਹੈ। ਵਰਿਆਮ ਖੇੜੇ ਵਾਲਾ ਸਾਡਾ ਯਾਰ ਮੈਂਡੀ ਕਹਿੰਦਾ ਹੈ ਵੀ ਆਪਾਂ ਉਹਨੇ 500 ਜਿਹੜੇ ਅਨਿਲ ਨੂੰ ਦੇ ਦਿਆਂਗੇ। ਆਓ ਜੇ ਕੋਚ ਤੇ ਬਾਲ ਮਾਰਦਾ ਆਓ ਸਾਹਮਣੇ ਗੱਲਾਂ ਜਿਹੜੀਆਂ ਲੱਗ ਜਾਣਗੀਆਂ ਟਿਕਾਣੇ ਵੀ ਕਦੇ ਨਾ ਗਰਾਊਂਡ ਚ ਵੱਜਣ ਥਾਪੀਆਂ ਬੇਦਿਆਂ ਚ ਸੁੱਟਣੇ ਜੇ ਚੌਲ ਤੇ ਕੜੀ ਤੇ ਉਹਨਾਂ ਕੀ ਆਜ਼ਾਦੀਆਂ ਦਾ ਰੇਟ ਪੁੱਛਣਾ। ਆਓ ਜਿਹਨੇ ਵੀ ਸਰਾਬੇ ਦੀ ਕਿਤਾਬ ਨਹੀਂ ਪੜ੍ਹੀ ਤੇ ਢਿੱਲੋ ਟਾਵੇਂ ਪੈਰ ਛੱਡਦੇ ਨਿਸ਼ਾਨ ਜਿੱਤਦੇ ਨੜੂਏ ਦੇ ਚੇਲੇ ਅਫਗਾਨ ਜਿੱਤਦੇ ਤੇ ਡਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ। ਲਿਮਟਾਂ ਤੇ ਚੱਕੀਆਂ ਨਾ ਜਾਣ ਅਣਖਾਂ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ। ਲਿਮਟਾਂ ਤੇ ਚੱਕੀਆਂ ਨਾ ਜਾਣ ਜਿੱਦਾਂ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ। 0-1 ਦੀ ਟੱਕਰ ਹੈ। ਔਰ ਯੋਧਪੁਰੀਆ ਸੱਤਾ ਜੇ ਸਮੈਸ਼ ਮਾਰ ਕੇ ਨੰਬਰ ਲੈਂਦਾ ਤਾਂ ਵੀ 500 ਦਿੱਤਾ ਜਾਣਾ ਹੈ ਮੈਂਡੀ ਸ਼ਰਮਾ ਦੇ ਵੱਲੋਂ। ਯੋਧਪੁਰੀਆ ਸੱਤਾ ਜੇ ਸਮੈਸ਼ ਮਾਰ ਕੇ ਨੰਬਰ ਜੋੜੇ ਤੇ ਤਾਂ ਵੀ 500 ਦੇ ਦਿਆਂਗੇ ਮੈਂਡੀ ਸ਼ਰਮਾ ਸਾਡਾ ਵੀਰ ਕਹਿ ਰਿਹਾ ਹੈ। ਫਾਈਨਲ ਮੈਚ ਹੈ ਲਹਿੰਗਿਆਂ ਦੀ ਧਰਤੀ ਹੈ ਔਰ ਜਿੰਨੀਆਂ ਬਾਲਾਂ ਕੋਚ ਅਨਿਲ ਤੇ ਮਾਰਦਾ ਤੇ ਅਨਿਲ ਕੋਚ ਦੇ ਉਹਨੇ 100-100 ਦਿੱਤੇ ਜਾਣਗੇ ਸਾਡੇ ਕਮੇਟੀ ਵਾਲੇ ਵੀਰਾਂ ਦੇ। ਕੋਚ ਨੇ ਜਿੰਨੀਆਂ ਬਾਲਾਂ ਮਾਰ ਕੇ ਨੰਬਰ ਜੋੜਦਾ ਅਨਿਲ ਉਹਨੇ 500-500 ਦਿੱਤੇ ਜਾਣਗੇ। ਪਰ ਸਾਹਮਣੇ ਚੈਣੇ ਵਾਲੇ ਪਿੰਡ ਦਾ ਆਓ ਪਰਮ ਮੇਰੇ ਮਿੱਤਰੋ ਮੁੰਡਾ ਕਹਿੰਦੇ ਫਿੱਟ ਹੋਇਆ ਫਿਰਦਾ ਤੇ ਕਦੇ ਕਮਾਲ ਕਰ ਦਿੱਤੀ ਹੈ ਮੁੰਡੇ ਨੇ ਔਰ ਨੰਬਰ ਦਾ ਜਿਹੜਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਲਈ ਔਰ ਸਾਹਮਣੇ ਅਗਲੀ ਸਰਵ ਜਿਹੜੀ ਮੁੰਡੇ ਨੇ ਫੇਰ ਕਰ ਦਿੱਤੀ ਆ ਵੀ ਅੱਜ ਕੱਲ ਚਹਿਰ ਵੱਧ ਔਰ ਲੋਕਾਂ ਵਿੱਚ ਸੱਪਾਂ ਤੋਂ ਉੱਡ ਗਈ ਆ ਰੌਣਕ ਜੀ ਪਿੰਡਾਂ ਦੀਆਂ ਸੱਥਾਂ ਚੋਂ ਤੇ ਸਕਿਆਂ ਨਾਲ ਲੜ ਕੇ ਤਮਾਸ਼ਾ ਨਹੀਂ ਵਿਖਾਈਦਾ ਹੋਵੇ ਜੇ ਕੋਈ ਰੌਲਾ ਘਰ ਬੈਠ ਕੇ ਮੁਕਾਈਦਾ ਇੱਥੇ ਬਾਲਾ ਕੀਤਾ ਕਿਸੇ ਤੇ ਤਬਾਰ ਮਾਰ ਜਾਂਦਾ ਏ ਬੰਦਾ ਕਈ ਵਾਰੀ ਆਪਣਿਆਂ ਤੋਂ ਹੀ ਹਾਰ ਜਾਂਦਾ ਏ ਤੇ ਬਹੁਤੇ ਖਿੱਚਦੇ ਨੇ ਪੈਰ ਖੜੇ ਬਿਰਲਾ ਹੀ ਨਾਲ ਜੀ ਗੱਲ 16 ਨੇ ਸੱਚ ਹੈ ਬੇਅੰਤ ਧਾਲੀਵਾਲ ਦੀ ਆਓ ਗੱਲ 16 ਨੇ ਸੱਚ ਹੈ ਬੇਅੰਤ ਧਾਲੀਵਾਲ ਦੀ। ਹਾਂਜੀ ਜੌਂਟੀ ਜਿੰਨੀਆਂ ਬਾਲਾਂ ਲਾ ਗਿਆ 200 ਦੀ ਇੱਕ ਬਾਲ ਦਲਵੀਰ ਬਾਈ ਵੱਲੋਂ ਜੌਂਟੀ ਜਿੰਨੀਆਂ ਬਾਲਾਂ ਲਾ ਗਿਆ ਬਾਲ ਮਾਰ ਕੇ ਪੁਆਇੰਟ ਜਿੰਨੇ ਮਰਜ਼ੀ ਜੋੜ ਜਾਵੇ ਜੌਂਟੀ ਦੇ ਉਹਨੇ 200 ਦੀ ਮੈਂ ਲਿਖਣੇ ਆ ਜਾਗਾ ਦਲਪ੍ਰੀਤ ਦਾ ਵੀ ਜੇ ਗਰਜੀਤ ਪਰ ਬਾਲ ਲੱਗੀ ਹੋਣੀ ਚਾਹੀਦੀ ਹੈ ਇਹ ਜ਼ਰੂਰ ਰੱਖੋ ਧਿਆਨ ਵੀਰ ਸਾਡਾ ਕਹਿ ਰਿਹਾ ਬਾਲ ਵਜੀ ਹੋਵੇ ਬਾਲਾਂ ਮਾਰ ਕੇ ਜਿੰਨੇ ਕਹਿਣ ਦਾ ਮਤਲਬ ਸਕੋਰ ਬਣ ਗਏ ਸਕੋਰ 2-0 ਹੋ ਗਏ 2-0 ਬਾਈ 2-0 ਹੋ ਗਏ ਵੀਰੇ ਔਰ ਸਾਹਮਣੇ ਤਿੰਨ ਹੋ ਗਏ ਮੇਰੇ ਖਿਆਲ ਪਹਿਲੇ 3 ਪੁਆਇੰਟ ਜਿਹੜੇ ਮੈਂਡੀ ਸ਼ਰਮਾ ਕਲੱਬ ਚੈਣਿਆਂ ਦੀ ਟੀਮ ਦੇ ਖਾਤੇ ਵਿੱਚ ਰੁੜ ਗਏ ਨੇ ਪਹਿਲੇ 3 ਪੁਆਇੰਟ ਮੈਂਡੀ ਸ਼ਰਮਾ ਕਲੱਬ ਚੈਣਿਆਂ ਦੀ ਆਓ ਟੀਮ ਦੇ ਖਾਤੇ ਵਿੱਚ ਜੁੜ ਗਏ ਹੈ ਬੜਾ ਚੋਟੀ ਦਾ ਮੈਚ ਹੈ ਪਹਿਲੇ 3 ਜੋੜਦੇ ਚੋਟੀ ਤੇ ਲੋਕਾਂ ਕਹਿਣਾ ਵੀ ਮੋਟਰਸਾਈਕਲ ਜਿੱਤਿਆ ਹੋਊ ਆਓ ਫੇਰ ਮੰਡੀਏ ਕੈਪਟਨ ਵੇਰਿਆ ਫਿਰਦਾ ਆਹ ਵਾਲੀਵਾਲ ਦਾ ਕੈਪਟਨ ਹੈ ਮੇਰੇ ਮਿੱਤਰੋ ਪਣਿਆਰੀ ਵਾਲੇ ਸ਼ਾਲੂ ਨਾਲ ਪੰਜਾਬ ਦੇ ਜ਼ਿਲ੍ਹੇ ਮੋਗੇ 'ਚ ਜਦੋਂ ਪਹਿਲੀ ਵਾਰੀ 1 ਲੱਖ ਵਾਲੀ ਚੈਂਪੀਅਨਸ਼ਿਪ ਹੋਈ ਤੇ ਜੋਧਪੁਰੀਏ ਅਨਿਲ ਨੇ ਬੱਲੇ ਬੱਲੇ ਕਰਵਾਈ ਹੈ ਇਹ ਮੁੰਡਾ 1 ਲੱਖ ਵਾਲੀ ਚੈਂਪੀਅਨਸ਼ਿਪ ਦਾ ਜੇਤੂ ਰਿਹਾ ਔਰ ਪਹਿਲੇ 4 ਪੁਆਇੰਟ ਜੋੜ ਕੇ ਤੇ ਮੁੰਡੇ ਨੇ ਰਾਤੇ ਜਿਹੜੇ ਆਪਣੇ ਔਰ ਸਾਫ ਕਰ ਦਿੱਤੇ ਨੇ ਮੇਰੇ ਮਿੱਤਰੋ ਚੋਟੀ ਦਾ ਮੈਚ ਹੈ ਵੀ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਰ ਮਿੱਤਰੋ ਆਓ ਭੱਜਦਿਆਂ ਨੂੰ ਇੱਕੋ ਜਿੱਕੇ ਵਾਰ ਮਿੱਤਰੋ ਤੇ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਆਓ ਧੁੱਪ ਪੈ ਗਈ ਲਹਿੰਗਿਆਂ ਦੇ ਵਾਲੀਵਾਲ ਕੱਪ ਦੀ ਧੁੱਪ ਪਈ ਹੋਈ ਹੈ ਤੇ ਕੌਣ ਜਿੱਤ ਕੇ ਬੱਲੇ ਬੱਲੇ ਕਰਵਾ ਦੇਗਾ ਪੋਸਟਾਂ ਕੌਣ ਪਾਉਂਦਾ ਕੱਲ ਨੂੰ ਵੀ ਲਹਿੰਗੇ ਵਾਲੇ ਦਾ ਵੱਡਾ ਮੇਲਾ ਅਸੀਂ ਜਿੱਤਿਆ ਕੱਲ ਨੂੰ ਹਰਪ੍ਰੀਤ ਲੋਕਾਂ ਫੇਸਬੁੱਕ ਤੇ ਧੁੱਕੀ ਕੱਢਣੀ ਹੈ ਵੀ ਉਹਨੇ ਭੇਜਿਆ ਸੀ ਹੈਲੋ
ਉੱਤੇ ਮੈਂ ਵੀ ਕੀਤਾ ਰਿਪਲਾਈ ਆਓ ਜੱਗੋ ਤੱਕਿਆਂ ਦੇ ਨਾਲ ਉਹਦੀ ਫੋਟੋ ਮੰਗਵਾਈ ਉਹ ਵੀ ਘੈਂਟ ਸੀਗੀ ਬਾਲੀ ਤੇ ਮੇਰੀ ਮੱਤ ਗਈ ਸੀ ਮਾਰੀ ਲਵ ਚੰਨਰ ਕੇ ਸਾਰਿਆਂ ਨਾਲ ਹੁੰਦਾ ਹੀ ਆ ਤੇ 2 ਸਾਲ ਐਫਬੀ ਤੇ ਗੱਲ ਕਰਕੇ ਮੈਨੂੰ ਕਹਿੰਦੀ ਵੀਰੇ ਸੌਰੀ ਮੈਂ ਵੀ ਮੁੰਡਾ ਹੀ ਆ 2 ਸਾਲ ਐਫਬੀ ਤੇ ਗੱਲ ਕਰਕੇ ਆਓ ਮੈਨੂੰ ਕਹਿੰਦੀ ਵੀਰੇ ਸੌਰੀ ਮੈਂ ਵੀ ਮੁੰਡਾ ਹੀ ਆ ਕੱਲ ਨੂੰ ਲੋਕਾਂ ਫੇਰ ਫੇਸਬੁੱਕ ਦੀ ਧੋਕੀ ਕੱਢਣੀ ਵੀ ਆ ਮੇਲਾ ਲੈਂਗੇ ਅਰਦਾਸ ਹੀ ਜਿੱਤਿਆ ਆਓ ਚੋਟਪੁਰੀਆ ਕੈਪਟਨ ਭੱਜਿਆ ਫਿਰਦਾ ਚੌਂਟੀ ਬਦਲਾ ਲੈਣਾ ਪੈਣਾ ਨੰਬਰ ਕਈ ਜੋੜ ਗਿਆ ਪਰ ਚੌਂਟੀ ਆਓ ਕੈਪਟਨ ਫੇਟਾ ਜੇ ਫੇਰ ਗਿਆ ਤੈਨੂੰ ਵੀ ਪਤਾ ਵੀ ਫੇਰ ਨੀ ਇਹ ਦਰਦਾ ਕਿੰਨੇ ਹੋ ਗਏ ਜੀ 5 ਮੇਰੇ ਖਿਆਲ 5 ਹੋਏ ਆ 4 ਪਟਵਾਰੀ ਬਹੁਤ ਧੰਨਵਾਦ ਜੀ 5 ਪੁਆਇੰਟ ਜਿਹੜੇ ਬੈਂਡੀ ਸ਼ਰਦਾ ਕਲੱਬ ਚੈਣੇਆਲ ਦੀ ਟੀਮ ਦੇ ਨੇ ਦੂਜੇ ਪਾਸੇ ਖਾਤਾ ਹਾਲੇ ਨਹੀਂ ਖੁੱਲਿਆ ਸੋਚਾਂ ਵਿਚਾਰਾਂ ਚੱਲ ਰਹੀਆਂ ਨੇ ਹਾਂਜੀ ਹਾਂਜੀ ਫਾਈਨਲ ਆ ਗੁਰਲਾਲ ਜੈਮਲ ਸਿੰਘ ਵਾਲਾ ਜੀ ਆਓ ਗੁਰਾਂ ਦਾ ਕਹਿੰਦੇ ਲਾਲ ਵੀ ਜੁੜ ਗਿਆ ਸਾਡੇ ਨਾਲ ਮੈਂ ਬਹੁਤ ਧੰਨਵਾਦ ਕਰਦਾ ਜਿਵੇਂ ਗੰਗੂਰਾਂ ਨਾਲ ਸਰਬਾ ਕਹਿੰਦਾ ਹੁੰਦਾ ਹੈ ਵੀ ਜੈਮਲ ਸਿੰਘ ਵਾਲ ਤੋਂ ਓਲਡਮਸ ਵੀ ਆਇਆ ਹੋਇਆ ਹੈ ਓਲਡਮਸ ਸਾਡਾ ਛੋਟਾ ਵੀਰ ਹੈ ਬੜਾ ਪਿਆਰਾ ਭਰਾ ਸਾਡਾ ਵੀ ਸਾਡੇ ਨਾਲ ਜੁੜ ਗਿਆ ਹੈ ਆਦੀ ਗੁਰਾਂ ਦੇ ਲਾਲ ਫਾਈਨਲ ਆਉਣ ਦੇ ਨੇੜੇ ਨੇੜੇ ਆ ਮਿੱਤਰਾ ਪਰ ਤੈਨੂੰ ਪਤਾ ਵੀ ਇਹ ਟਰਾਂਟੋ ਦੀ ਕਬੱਡੀ ਵਾਲਾ ਕਾਮੀ ਹੈ ਵੀ ਹਾਲੇ ਨੀ ਪਤਾ ਨਿਬੜਨਾ ਕਿਹੜੀ ਘੜੀ ਆ ਜਾ ਕੇ ਔਰ ਨੰਬਰ ਜਿਹੜੇ 6 ਜੁੜ ਗਏ ਨੇ ਪਹਿਲੇ ਬੈਂਡੀ ਸ਼ਰਮਾ ਕਲੱਬ ਚੈਣੇਆਲ ਦੀ ਟੀਮ ਦੇ ਖਾਤੇ 'ਚ ਪਵਣੀ ਹੈ ਮੈਨੂੰ ਲੱਗਦਾ ਘਿਰਿਆ ਇਹ ਮੁੰਡੇ ਕਿਹੜੇ ਹਿਸਾਬ ਦੇ ਨਾਲ ਆਓ ਪਹਿਲੇ 7 ਪੁਆਇੰਟ ਜੁੜ ਗਏ ਇਧਰਲੇ ਪਾਸੇ 7-0 7 ਹੀ ਮੇਰੇ ਖਿਆਲ 7 ਹੋ ਗਏ ਬਾਈ 7 ਕਿਸੇ 7-0 ਹੋ ਗਏ 7-0 ਦਿਲਪ੍ਰੀਤ ਵੀਰੇ 7-0 7 ਚੈਣੇਆਲ ਲਓ ਸਾਹਮਣੇ 7 ਨੰਬਰ ਨੇ ਇਧਰ ਬਾਹਰ ਸਾਹਮਣੇ ਵਾਹ ਹੋਏ ਤੇਰੇ ਗੁਰਜੀਤ ਆਓ ਸਾਹਮਣੇ ਬਾਲੀ ਕਾਲੀ ਨੇ ਬਣਾ ਲਏ ਗੋਡੇ ਚਾਂ ਮੁਕਲਾਵੇ ਦਾ ਬਾਲੀ ਤੇਜ਼ੀ ਵੀ ਬੰਦੇ ਨੂੰ ਕਈ ਵਾਰੀ ਮਾਰ ਦਿੰਦੀ ਹੈ ਔਰ ਸਾਹਮਣੇ ਗੁਰਜੀਤ ਕਰ ਗਿਆ ਗਲਤੀ ਔਰ ਦੂਜੇ ਪਾਸੇ ਚੌਂਟੀ ਔਰ ਤੇਰੇ ਤੇ ਮਾਣ ਕਰਕੇ ਸੱਦਿਆ ਪਰ ਮੁੰਡਾ ਕਦੇ ਮਿੱਤਰੋ ਵੀ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਵੇ ਆਓ ਮੁੰਡੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਪਹਿਲਾ ਨੰਬਰ ਜੁੜ ਗਿਆ ਹੈ ਇੱਕ ਤੇ 7 ਦੀ ਟੱਕਰਾਂ ਖੇਡਦੇ ਮੈਦਾਨ 'ਚ ਨੰਬਰ ਦੂਜੇ ਦੇ ਲਈ ਮੁੰਡਿਆਂ ਨੇ ਤਿਆਰੀ ਜਿਹੜੀ ਫੜ ਲਈ ਹੈ ਚੈਣੇਆਲ ਤੇ ਜੋਧਪੁਰੀਆ ਕੱਲੇ ਕੱਲੇ ਨੂੰ ਸਮਝਾਉਣਾ ਵੀ ਬਾਈ ਜੇ ਆ ਮੈਚ ਜਿੱਤਣਾ ਦੇ ਜ਼ੋਰ ਲਾਉਣਾ ਪੈਣਾ ਆਓ ਮੇਰੇ ਮਿੱਤਰੋ ਫਾਈਨਲ ਜਿੱਤਣਾ ਕੋਈ ਮਾੜੀ ਮੋਟੀ ਗੱਲ ਨਹੀਂ ਚੈਣੇਆਲ ਦੀ ਟੀਮ ਦਾ ਦਬਦਬਾ ਫੋਲ ਵਾਲਾ ਵੱਡੀਆਂ ਟੀਮਾਂ ਦੇ ਵਿੱਚ ਹੈ ਕਿਰਪਾ ਪਰਮਾਤਮਾ ਦੀ ਮੁੰਡਿਆਂ ਦੀ ਮਿਹਨਤ ਬੜੀ ਹੈ ਔਰ 9ਵਾਂ ਫਾਈਨਲ ਲਗਾਤਾਰ ਖੇਡ ਰਹੀ ਹੈ ਟੀਮ ਬੈਂਡੀ ਸ਼ਰਮਾ ਕਲੱਬ ਚੈਣੇਆਲ ਦੀ ਮੇਰੇ ਮਿੱਤਰੋ ਅੱਜ ਦੇਖਾਂਗੇ ਪਹਿਲੇ ਨੰਬਰ ਤੇ ਰਹਿਣਗੇ ਮੁੰਡੇ ਤੇ ਜਾਂ ਦੂਜੇ ਨੰਬਰ ਤੇ ਪਰ ਆ ਖੇਡਦੇ ਮੈਦਾਨ ਦੇ ਵਿੱਚ ਮੁੰਡੇ ਜਿਹੜੇ ਭੱਜੇ ਫਿਰਦੇ ਆ ਵੀ ਦੁਸ਼ਮਣ ਨਾਲ ਪੱਗਾਂ ਲਈਏ ਤੇ ਮੁੜ ਕੇ ਨਾ ਔਰ ਢਿੱਲੇ ਪਈਏ ਨੱਕ ਵਿੱਚ ਕੰਮ ਕਰਕੇ ਰਹੀਏ ਐਵੇਂ ਕੋਈ ਨੀ ਆਉਂਦਾ ਨੀ ਇੱਕ ਵਾਰੀ ਲੰਘਿਆ ਵੇਲਾ ਆਹ ਮੁੜ ਕੇ ਹੱਥ ਆਉਂਦਾ ਨੀ ਇੱਕ ਵਾਰੀ ਲੱਗਿਆ ਵੇਲਾ ਮੁੜ ਕੇ ਹੱਥ ਨੀ ਆਉਂਦਾ ਇਹ ਤੁਹਾਨੂੰ ਵੀ ਪਤਾ ਜੌਂਟੀ ਆਹ ਪੱਟੀ ਤੋੜ ਕੋਈ ਨੰਬਰ ਜੋੜ ਤੇ ਜੇ ਬਾਲ ਅਨਿਲ ਤੇ ਲਾਵੇ ਤੈਨੂੰ ਮੰਨੀਏ ਫੇਰ ਮਿੱਤਰਾ ਆਹ ਮੁੰਡੇ ਚੈਣੇ ਵਾਲੀਏ ਪੂਰੇ ਫਿੱਟ ਨੇ ਕੋਚ ਆਹ ਬੱਲੇ 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 ਸੱਤਾ ਕਰ ਗਿਆ ਗਲਤੀ 7 ਤੇ 1.25 ਲੱਖ ਚਲੋ
ਜੌਂਟੀ ਤਾਂ ਬਣਿਆ ਨਹੀਂ ਅਜੇ ਤੱਕ, ਪੁਆਇੰਟ ਬਣਿਆ ਨਹੀਂ ਦਲਵੀਰ ਵੀਰੇ ਕੋਈ। ਸੱਤ ਦੇ ਇੱਕ ਦੀ ਟੱਕਰ ਹੈ, ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ। ਇੱਕ ਪਾਸੇ ਟੀਮ ਮੈਂਡੀ ਸ਼ਰਮਾ ਕਲੱਬ ਚੈਣਿਆਲ ਦੀ ਹੈ ਔਰ ਦੂਜੇ ਪਾਸੇ ਜੋਧਪੁਰੀਆ ਟੀਮ ਦੀ ਹੈ। ਅੱਜ ਇੱਕ ਵੱਡੀ ਟੀਮ ਬਣੀ ਹੋਈ ਹੈ, ਮੁੰਡਿਆਂ ਨੇ ਚੁਣ ਕੇ ਖਿਡਾਰੀ ਸੱਦਿਆ ਹੈ ਔਰ ਮੁੰਡਾ ਕਹਿੰਦੇ ਬਈਆਰ ਪਿੰਡ ਦਾ ਜੌਂਟੀ ਸੱਦਿਆ ਹੋਇਆ ਹੈ। ਇੱਕ ਪਾਸੇ ਕੋਚ ਹੈ ਨਾਲ ਕਮਲ ਆ ਪਵਨ ਦੀ, ਉਹ ਗੱਲਬਾਤ ਵੱਖਰੀ ਹੈ। ਪਰ ਚੈਣਿਆਲੇ ਪਿੰਡ ਦਾ ਗੁਰਜੀਤ ਔਰ ਸਾਹਮਣੇ ਮੁੰਡਾ ਕਹਿੰਦੇ ਗਲਤੀ ਕਰ ਗਿਆ ਹੈ। ਜੇ 10 ਪੁਆਇੰਟ ਜੋੜ ਗਿਆ ਤੇ ਸਾਡਾ ਵੀਰ ਮੈਂਡੀ ਸ਼ਰਮਾ ਕਹਿੰਦਾ ਵੀ ਮੋਡੀਫਾਈ ਸਕੂਟਰ ਦੇ ਦਿਆਂਗੇ ਮੁੰਡੇ ਨੂੰ, ਆਪਾਂ ਵੱਡਾ ਮਾਨ ਸਨਮਾਨ ਜਿਹੜਾ ਕਰ ਦਿਆਂਗੇ। ਪਰ ਸਾਹਮਣੇ ਬਾਲ ਇੱਕ ਤੋਂ ਦੋ, ਹੁਣ ਕੌਣ ਕਰਦਾ ਹੈ? ਜੰਕ ਭਰ ਲਿਆ ਕਰ ਇਹਦੇ। ਦੋ ਸੱਤ ਹੋ ਗਏ ਵੀਰੇ, ਦੋ ਸੱਤ ਹੋ ਗਏ ਨੇ ਜੀ। ਹਾਂਜੀ ਨੰਬਰ ਜੀ ਪਵਨ ਦਾ ਸੀ ਮੇਰੇ ਖਿਆਲ। ਪੰਜ ਪੁਆਇੰਟਾਂ ਦਾ ਫਰਕ ਹੈ, ਦੋ ਨੰਬਰ ਜਿਹੜੇ ਜੋਧਪੁਰੀਆ ਟੀਮ ਦੇ ਨੇ ਔਰ ਜਿੰਨੀਆਂ ਬਾਲਾਂ ਜੌਂਟੀ ਗੁਰਜੀਤ ਤੇ ਲਾਉਂਦਾ ਤੇ ਉਹਨੇ 500 ਦੇ ਨਾਲ ਵੱਡੇ ਮਾਣ ਸਨਮਾਨ ਦਿਲਪ੍ਰੀਤ ਗਿੱਲ ਕੈਨੇਡਾ ਵੱਲੋਂ ਕੀਤੇ ਜਾਣਗੇ। ਔਰ ਸਾਡੇ ਵੀਰ ਕਹਿ ਰਹੇ ਨੇ ਕਮੇਟੀ ਵਾਲੇ ਭਰਾ ਸਾਡੇ ਵੀ ਸਾਡੇ ਵੀਰ ਹਰਜਿੰਦਰ ਦੀ ਯਾਦ ਵਿੱਚ ਆਉਂਦੇ ਸਾਲ ਵੀ ਮੇਲਾ ਆਪਾਂ ਕਰਾਵਾਂਗੇ। ਜੇ ਜੋਧਪੁਰੀਆ ਕੋਚ ਆ ਚੱਲਦੇ ਹੋਏ ਮੈਚ ਦੇ ਵਿੱਚੋਂ ਜਿੱਤ ਗਿਆ, ਪਹਿਲੇ ਨੰਬਰ ਤੇ ਰਹਿੰਦੀ ਹੈ ਟੀਮ ਤੇ ਆਉਂਦੇ ਸਾਲ ਜਿਹੜਾ ਟੂਰਨਾਮੈਂਟ ਹੋਇਆ ਵਰਿੰਦਰ ਬਾਈ ਜੋਧਪੁਰੀਏ ਕੋਚ ਦਾ ਸਨਮਾਨ ਵੀ ਕਮੇਟੀ ਵਾਲੇ ਵੀਰ ਕਹਿੰਦੇ ਆਪਾਂ ਮੋਡੀਫਾਈ ਸਕੂਟਰ ਨਾਲ ਕਰ ਦਿਆਂਗੇ। ਲੈ ਵੀ ਤਾੜੀ ਮਾਰੋ ਯਾਰ, ਜ਼ੋਰਦਾਰ ਪ੍ਰਬੰਧਕੀ ਕਮੇਟੀ ਦੇ ਲਈ ਮਾਰ ਕਰਦੇ ਆ ਵੀਰ ਸਾਡੇ। ਪਰ ਨੰਬਰ ਜਿਹੜਾ ਤੀਜਾ ਜੋੜ ਦਿੱਤਾ ਹੈ, 3-7 ਦੀ ਟੱਕਰ ਆ ਚੈਣੇ ਵਾਲੀਓ। ਗੁਰਜੀਤੀ ਤੈਨੂੰ ਤਗੜਾ ਹੋਣਾ ਪੈਣਾ ਆਹ ਮੈਚ ਜਿੱਤਣ ਦੇ ਲਈ, ਕਿਉਂਕਿ ਚੌਂਟੀ ਜਿੰਨਾ ਟਾਈਮ ਖੜਾ ਤੇ ਪਤਾ ਤੈਨੂੰ ਵੀ ਆ ਉਹਦਾ ਵੀ ਜੇ ਫੇਰ ਗਿਆ ਆਓ ਫੇਰ ਉਹਨੂੰ ਕਾਬੂ ਕਰਨਾ ਔਖਾ। ਵੀ ਜੇ ਚੱਟ ਵਿਗੜ ਗਿਆ ਫਿਰ ਬਿੱਲੀਆਂ ਆਓ ਫਿਰ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ, ਜੇ ਚੱਟ ਵਿਗੜ ਗਿਆ ਫਿਰ ਬਿੱਲੀਆਂ ਅੱਖਾਂ ਦੇ ਵਿੱਚ ਰੜਕੂਗਾ, ਇਹ ਗੱਲ ਜਿਹੜੀ ਪੱਕੀ ਹੈ। ਔਰ ਸਾਹਮਣੇ ਮੁਕਾਬਲਾ ਬੜਾ ਟਾਪ ਦਾ ਬਣ ਗਿਆ ਹੈ, 3 ਹੋ ਗਏ ਵੀਰੇ ਪਟਵਾਰੀ, 3 ਹੋ ਗਏ ਨਾ ਬਾਈ, 3-7। ਜੌਂਟੀ ਜਿਹਾ ਮੈਂ ਜਿੱਤ ਗਿਆ, ਸਰਪ੍ਰਾਈਜ਼ ਨਾਲ ਸਨਮਾਨ ਕਰ ਦਿਆਂਗੇ ਭਾਈ ਦਲਪ੍ਰੀਤ ਕਹਿੰਦਾ। ਓਕੇ ਓਕੇ ਦਲਪ੍ਰੀਤ ਵੀਰੇ ਬੁਲਾਉਣੇ ਆ, ਮਾੜਾ ਫੋਨ ਆਇਆ ਦਿਲ ਸਾਧ ਨੂੰ ਜੀ। ਜੇ ਜੌਂਟੀਆ ਮੈਂ ਜਿੱਤ ਗਿਆ ਤਾਂ ਸਰਪ੍ਰਾਈਜ਼ ਨਾਲ ਸਨਮਾਨ ਆ ਬਾਈ ਦਲਪ੍ਰੀਤ ਵੱਲੋਂ। ਔਰ ਜੇ ਜੌਂਟੀਆ ਮੈਂ ਜਿੱਤ ਗਿਆ ਤੇ ਇੱਕ ਵੱਡਾ ਸਰਪ੍ਰਾਈਜ਼ ਹੋਵੇਗਾ ਸਾਡੇ ਬਾਈ ਦਲਪ੍ਰੀਤ ਗਿੱਲ ਕੈਨੇਡਾ ਦੇ ਵੱਲੋਂ। ਔਰ ਮੈਂਡੀ ਸ਼ਰਮਾ ਕਹਿੰਦਾ ਸਾਡਾ ਵੀਰ ਵੀ ਜੇ ਜੋਧਪੁਰੀਆ ਅਨਿਲ ਚੌਂਟੀ ਦੇ 4 ਬਾਲਾਂ ਲਾ ਗਿਆ ਆਹ ਮੈਚ ਦੇ ਵਿੱਚ, ਜੋਧਪੁਰੀਆ ਅਨਿਲ ਜੇ ਚੌਂਟੀ ਦੇ
चार पाला ला गया कहता अपन जोधपुरी अनिल का सन्मान भी मोडीफाई स्कूटर के नाल कर देना है। चौंटी तू पाल मारे गुरजीत आओ जरा रुपया 500 दिता जाना है एक पॉइंट का मेरे मित्रों चार ते सत की टक्कर है आओ तीन पॉइंटा का फर्क बाकी है फाइनल मैच लहंगे वाली धरती है और राउंड क्या कहते बड़िया ने आओ बल्ले 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 कौन करवाऊंगा वाह तेरे परमिया नहीं उड़ीसा पर कोच ने तेरे मित्रों आओ गुटा दे विच जान चुस्ती फुरती वाह वीरे किवें लग रहा है मैच यार एक बारी ताड़ी ना मार दो 5-7 हो गए मैनू लगता है 5-7 हो गए 5-7 वीरे ते 7 दी टक्कर है मैच आ गया प्रॉपर्टी दे 1100 दी कर दे बाल गुरजीत चौंती जे गुरजीत दे बाल लाउंदा ते 1100 होना दिलप्रीत गिल कनेडा वल्लों एक सरप्राइज दलवीर भाई वल्लों हो जाउंटी नूं और एक सरप्राइज दलवीर कनेडा वल्लों भी है दो वालीवाल दे 73 आओ वड्डे वड्डे प्रमोटर जुड़ गए ते दोने तेरी खेडदे मार करदे बल्ले 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 कोच ओ एक अद्धी बार दे ना दे ठोक आओ बल्ले ओ ला गया बाल वाह ओए तेरे मित्रा ए जौंटिया पई वाली आ गुरजीत ते ला गया लाती मेरे ख्याल लिखती लिखती वाह जी वाह वाह ओए तेरे जौंटी नहीं ओरीसा और कमाल दा नंबर जोड़दा है ਲੈ ਵੀ 6-7 ਹੋ ਗਏ ਨੇ ਨੰਬਰ 6-7 ਹੋ ਗਏ ਵੀਰੇ ਔਰ ਕੋਟ ਜੀ ਆ ਮੈਂ ਜਿੱਦਾਂ ਤੇ ਆਉਂਦੇ ਸਾਲ ਭਰਾ ਸਾਡੇ ਹਰਜਿੰਦਰ ਦੀ ਯਾਦ ਫਿਰ ਰੌਣਕਾਂ ਲੱਗਣਗੀਆਂ ਔਰ ਬਾਈ ਸਾਡੇ ਕਹਿੰਦੇ ਨੇ ਵੀ ਆਪਾਂ ਬਾਹਰ ਸਨਮਾਨ ਜਿਹੜਾ ਕੋਚ ਦਾ ਮੋਡੀਫਾਈ ਸਕੂਟਰ ਦੇ ਨਾਲ ਕਰ ਦਿਆਂਗੇ ਬਹੁਤ ਚੋਟੀ ਦਾ ਮੈਚ ਹੈ ਔਰ ਗੱਲਾਂ ਜਿਹੜੀਆਂ ਲੱਗ ਜਾਣਗੀਆਂ ਟਿਕਾਣੇ ਸੱਤ ਤੇ ਜਿਹੜੀ 6 ਦੀ ਟੱਕਰ ਹੈ ਔਰ ਸਾਹਮਣੇ ਬਾਲ ਜਿਹੜੀ ਆਊਟ ਹੈ 6 ਤੇ 7 ਮੈਚ ਬਰਾਬਰੀ ਤੇ ਹੈ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਤੇ ਲੈਣ ਦੇਣ ਹੋ ਜੇ ਸਾਡਾ ਆਓ ਦਾਤੀਆਂ ਤੇ ਕਈਆਂ ਦਾ ਰਾਜਵਿੰਦਰ ਜੇ ਹੁੰਦਾ ਗਰਾਊਂਡ ਦੇ ਅੰਦਰ ਤੇ ਗੱਲਾਂ ਕੁਝ ਹੋਰ ਹੋਣੀਆਂ ਸੀਗੀਆਂ ਵੀ ਜ਼ਿੰਦਗੀ ਦਾ ਕੀ ਹੈ ਆਓ ਲੰਘ ਜਾਊਗੀ ਹਰਪ੍ਰੀਤ ਤੂੰ ਹੁੰਦੀ ਤੇ ਗੱਲ ਹੋਰ ਹੋਣੀ ਸੀ ਆਓ ਸਾਹਮਣੇ ਨੰਬਰ 7ਵਾਂ ਆਓ ਬੱਲੇ ਬੱਲੇ ਹੋਈ ਪਈ ਆ ਮੇਰੇ ਮਿੱਤਰੋ ਨੈਂਡੀ ਸ਼ਰਮਾ ਕਲੱਬ ਚੈਣੇਵਾਲ ਦੀ ਟੀਮ ਤੇ ਦੂਜੇ ਪਾਸੇ ਜੋਧਪੁਰੀਆ ਗੁਰਜੀਤ ਚੈਣੇਵਾਲ ਦੇ ਪਿੰਡ ਦਾ ਬਾਲਾ ਕਮਲ ਤੇ ਲਾਉਣ ਨੂੰ ਫਿਰਦਾ ਪਰ ਕਮਲ ਫਿੱਟਾ ਆਓ ਮੁੰਡਾ ਕਹਿੰਦੇ ਬਾਲਾ ਮੋੜੀ ਆਉਂਦਾ 6 ਤੇ 7 ਚੌਂਟੀ ਦੇ ਬਾਲ ਲਾ ਗਿਆ ਗੁਰਜੀਤ ਨੇ ਔਰ ਰੁਪਈਆ 1100 ਦਿੱਤਾ ਜਾਣਾ ਦੋ ਵੱਡੇ ਸਰਪ੍ਰਾਈਜ਼ ਨੇ ਵਾਲੀਵਾਲ ਦੇ ਦੋ ਵੱਡੇ ਪ੍ਰਮੋਟਰਾਂ ਦੇ ਵੱਲੋਂ ਗੱਲਾਂ ਹੋਰ ਗਈਆਂ ਖੇਡ ਦੇ ਮੈਦਾਨ ਦੇ ਵਿੱਚ ਮੁਕਾਬਲਾ ਤਗੜਾ ਮੈਂਡੀ ਸ਼ਰਮਾ ਖੜਾ ਭਰਾ ਸਾਡਾ ਕਹਿੰਦਾ ਆਊਟ ਹੋਏ 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 ਆਊਟ ਬਾਲ ਆਊਟ ਹੈ ਧੱਫੜ ਪਾਦਾ ਹੀ ਕੋਚ ਨੇ ਉਦੋਂ ਨਾ ਯਾਰ ਰੋਕਿਆ ਕਰ ਕਮੈਂਟਰੀ ਜਦੋਂ ਮੈਂ ਬੋਲਦਾ ਨਾ ਫਿਰ ਉੱਚੀ ਬਾਲਾ ਬੋਲਿਆ ਜਾਂਦਾ ਆਊਟ ਨਾ ਕੀ ਬਾਲ ਗੱਲ ਕਰ ਮੈਂ ਖੇਡਦੇ ਮੈਦਾਨ ਦੇ ਵਿੱਚ ਜੇ 3 ਬਾਲਾਂ ਲਾ ਗਿਆ ਜੋਧਪੁਰੀਆ ਅਨਿਲ
चौंटी दे ते 90 कहना साडा भाई भी आपा मोडीफाई दे देंगे तीन बाला लाउणियां जोधपुरिया और तू भी खप्पी खान घबाउणा है अपने आप नूं हुण जे बाल चौंटी दे लावे और गल फेर बणदी है उधर चौंटी दी बाल एक जे करजीत ते लगे ते 1100 करता दिलप्रीत गिल ने 8-6 दी टक्कर आओ सामने मेरे मित्रों जे नंबर 9 जुड़ गया ते साइडां जिहड़ियां चेंज हो जाणगियां और जे जोधपुरिया टीम फाइनल जितती है ते अंतर साडे वीर वलियों मंत्र दे खे टूरनामेंट दे कोच दा सन्मान जिहड़ा वड्डे कप दे नाल कर दिता जाएगा बहुत मैं वड्डा धन्नवाद करदा जिहड़े वीर खेडां नूं प्यार करदे रहे और जिहड़े घरां च बैठे लाइव तक रहे आ हुण इस वेले वी इन्हां मैचां नूं आओ बल्ले 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 इत्थे रख नजारे आई जांदे आ नजारे चाही जांदे आ कमल मुंडा मेरे मित्रों फेटा पूरा 8-6 नंबर 9 जोधपुरिया जे तू जोड़े बाल चौंटी दे ला के अपने वालों भी कोच नूं आपां कप दे देंगे जे आ मुंडा फाइनल जित गया ते आओ मैंडी शर्मा भी दिलों जुड़िया वालीबाल नाल साडा वीर और हमेशा खिलाड़ियों के माण करता है वीर कहता है भी जे जित गया जोधपुरिया कोच ते आपां भी कोच का मान सन्मान कप नाल कर देंगे एक कप मैंडी शर्मा वालियों दूजा गैरी जटाणा और तीजा साडा वीर अंतर है सूरतगियाला भरा कहता आपां कर देंगे मान ते सन्मान ये वड्डे किते जाणगे 8-6 की टक्कर है फाइनल मैच है आओ लोगों की कली कली अख मेरे मित्रों हुण आ मैच ते है रीसा तेरिया कह रहा या शरीर है मुंडा मेरे मित्रों गुरजीत जे चौंटी ते बाल लाउंदा है मैंडी शर्मा कहना अपने वालों भी 1100 दिता जाएगा आओ चैने वाले पिंड का गुरजीती जे बाल चौंटी दे ला गया ते बड़े मान ते सन्मान जेड़े मैंडी शर्मा दे वालों 1100 दे नाल ते जे ओ चौंटी ला गया बाल गुरजीत ते फिर दिलप्रीत गिल कनेडा वालों दिते जाणगे मान ते सन्मान आओ टक्कर जिहड़ी बराबरी दी है मेरे मित्रों दी इक मचाजण रखदी है हाथ तेरे मोढ़े ते आओ सच्चा गोडा रख बहिंदी है खब्बे गोडे ते जे तैनू राह आउंदे नूं ना साड़िया तू की जानेगा आओ तेरी हिक ते दीवा ना बालिया ते तू की जानेगा आओ कौन हिक ते दीवे बालदा समें दीआं गल्लां होणगीआं मैच तगड़ा 6-8 जी 7-8 जे जोधपुरिया जित गई 3100 डीसी सहारन वल्लों खेड मेरे तो फस्ट रही है और आप 1100 के वे मान से सन्मान आओ भले 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 हायो रबा मेरे आओ 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 भले 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 कार मैं सस गोडिया थले धर ली आओ मुंडा परम नंबर जोड़ गया हांजी जोधपुरिया जित गई डीसी सहारन वालों 3100 और डीसी साडे वीर दे वालियों जे जोधपुरिया मैच जित गई 3100 दिता जाना है डीसी साडा यार गोनिकाला कहिंदा है वी जे जित गए मुंडे जोधपुरिए अपने वालियों 3100 जोंटी दे लई ना टीम लई ठीक है जी टीम दे लई है जोंटी गुरजीत ते बाल 1100 ही दलवीर बाई वालों और जोंटी गुरजीत ते ये बाल लाउंदा
ਤੇ 1100 ਰੁਪਿਆ ਦਲਵੀਰ ਕੈਨੇਡਾ ਅਮਲੋਹ ਵੱਲੋਂ ਵੀ ਲਾ ਦਿੱਤਾ ਗਿਆ ਹੈ। ਔਰ ਇੱਕ ਬਾਲ ਜੌਂਟੀ ਤੇਰੀ 2200 ਰੁਪਈਏ ਦੀ ਆ, ਇੱਕ ਬਾਲ ਗੁਰਜੀਤ ਦੇ ਲਾ ਗਿਆ ਰੁਪਈਆ 2200 ਆ। ਨਿਊ ਡਾਇਮੰਡ ਸਟਾਰ ਜਰਸੀ ਕਿੱਧਰ ਜਾ ਖੜੀ ਆ, ਉਹ 2212 ਨੰਬਰ ਦੀ ਜਰਸੀ ਆ, ਉਹ ਨੰਬਰ ਇੱਕ ਜੋੜਨਾ ਬਾਲ ਮਾਰ ਕੇ ਰੁਪਈਆ 2200 ਜੌਂਟੀ। ਨਿਊ ਡਾਇਮੰਡ ਸਟਾਰ ਦੀਆਂ ਗੱਲਾਂ ਬਾਤਾਂ ਹੋਣਗੀਆਂ। ਆਹ ਬੱਲੇ ਬੱਲੇ ਕਰਾਉਣੀ ਪੈਣੀ ਅਨੇਲਾ ਜੋਧਪੁਰੀਆ ਅਨੇਲ। ਆਹ ਉਹ ਮੇਰੇ ਕਦੇ ਲੱਗਿਆ ਲੈ ਗਿਆ ਯੋ ਕੰਮ ਰੋਲਾ ਰੋਲਾ ਇਹਦਾ ਬਾਲੇ ਬੜੀ ਮਾੜਾ ਮੋਟਾ। ਆਹ ਨਜ਼ਾਰੇ ਵੱਜ ਗਏ, ਬਰਾਬਰ ਹੋ ਗਿਆ ਮੈਚ ਬਾਈ। 8-8 ਬਰਾਬਰ ਹੋ ਗਏ ਵੀਰੇ। ਹਾਂਜੀ ਰੇਸ਼ਮ ਜੀ, ਕੋਚ ਨੂੰ ਸਕੂਟਰ ਦੇਣਾ ਮੋਡੀਫਾਈ ਜੇ ਮੁੰਡਾ ਜਿੱਤ ਗਿਆ। ਆਓ ਕਮੇਟੀ ਵਾਲੇ ਭਰਾ ਕਹਿੰਦੇ ਆਉਂਦੇ ਸਾਲ ਵੀ ਰੌਣਕਾਂ ਵੱਡੀਆਂ ਲਾਵਾਂਗੇ ਆਪਾਂ, 8-8 ਦੀ ਬਰਾਬਰੀ ਆ, ਕੌਣ ਜਿੱਤ ਕੇ ਦੇ ਬੱਲੇ ਬੱਲੇ ਕਰਾਉਂਦਾ। ਮੇਰੇ ਮਿੱਤਰੋ ਇਹਦੇ ਸਮੇਂ ਦੀਆਂ ਆਓ ਬਾਤਾਂ ਜਿਹੜੀਆਂ ਹੋਣਗੀਆਂ ਵੀ ਤੂੰ ਜਿਸ ਰਾਹ ਤੇ ਵੀ ਤੁਰਨਾ ਏ, ਜਿਸ ਮੋੜ ਤੇ ਮੁੜਨਾ ਏ, ਉਸੇ ਤੇ ਟੱਕਰਾਂਗੇ। ਤੂੰ ਚੜ ਹਾਥੀ ਭਾਵੇਂ ਚੜ ਘੋੜੇ, ਅਸੀਂ ਲਾ ਜੋੜੇ ਤੈਥੋਂ ਵੱਧ ਟੱਕਰਾਂਗੇ। ਔਰ ਤੂੰ ਚੜ ਹਾਥੀ ਭਾਵੇਂ ਚੜ ਘੋੜੇ, ਅਸੀਂ ਲਾ ਜੋੜੇ ਤੈਥੋਂ ਵੱਧ ਟੱਕਰਾਂਗੇ। ਹੀਰੇ ਤੋਂ ਮਿੱਟੀ ਬਣ ਜਾਂਗੇ ਪਰ ਹੱਥ ਨਾ ਅੱਡਾਂਗੇ। ਤੂੰ ਜੋ ਵੀ ਕਰਨਾ ਕਰ ਲੈ, ਪੰਜ ਬਰਾਬਰ ਗੱਡਾਂਗੇ। ਔਰ ਬੱਲੇ ਬੱਲੇ ਹੋ ਗਈ ਹੈ ਵੀਰੇ, ਤਾੜੀ ਮਾਰੋ ਜ਼ੋਰਦਾਰ। ਲੀਡ ਪੱਟ ਕੇ ਸੇਡਾ ਗੇਂਦ ਕਰਕੇ ਮੁੰਡੇ 9-8 ਜੌਂਟੀ, ਇੱਕ ਬਾਲ 2200 ਦੀ ਆ। ਆ ਸੇਬਾਂ ਵਾਲੇ ਪਾਣੀ ਦੀ ਭਰ ਲਾ ਪੁੱਟ ਮਿੱਤਰਾ, ਉਹ ਗੱਲਾਂ ਹੋਣਗੀਆਂ ਖੇਡ ਦੇ ਮੈਦਾਨ ਦੇ ਵਿੱਚ। 9-8 ਹੋ ਗਏ ਵੀਰੇ। ਕੋਚ ਸਿੰਗਲ ਐਂਡ ਮਾਰਦਾ ਤੇ ਕਮੇਟੀ ਵੱਲੋਂ 219 ਜਿੰਨੀਆਂ ਬਾਲਾਂ ਮਾਰਦਾ। ਹਾਂਜੀ ਚੌਂਤੀ ਬਈ, ਮੈਂ ਜਿੱਦ ਹੈ ਸਨਮਾਨ ਕੀਤਾ ਜਾਵੇਗਾ ਸਾਡੇ ਵੀਰ ਪੁੱਜੇ ਨੇ, ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਔਰ ਕੋਚ ਦੀ ਸਮੈਸ਼ ਬਾਈ ਸਾਡੇ ਕਮੇਟੀ ਵਾਲੇ ਵੀਰਾਂ ਵੱਲੋਂ 500 ਵੀ ਕਰ ਦਿੱਤੀ ਗਈ ਹੈ। ਔਰ 3 ਬਾਲਾਂ ਲਾਉਣੀਆਂ ਤੂੰ ਜੋਧਪੁਰੀਆ ਚੌਂਤੀ ਦੇ ਮੋਡੀਫਾਈ ਸਕੂਟਰ ਦਿੱਤਾ ਜਾਵੇਗਾ ਤੇਰੇ ਲਈ। ਔਰ ਚੌਂਤੀ ਤੂੰ ਇੱਕ ਬਾਲ ਲਾਉਣੀ ਆ ਚਣੇ ਵਾਲੇ ਪਿੰਡ ਦੇ ਗੁਰਜੀਤੀ ਦੇ, ਜਿਹੜੇ ਮੁੰਡੇ ਦਾ ਡਿਫੈਂਸ ਬੜਾ ਪੱਕਾ। ਔਰ ਰੁਪਈਆ 2200, ਔਰ ਗੱਲਾਂ ਹੋਣਗੀਆਂ ਖੇਡ ਦੇ ਮੈਦਾਨ ਦੇ ਵਿੱਚ। ਰੌਲਾ ਰੱਪਾ ਪੈ ਰਿਹਾ ਮੇਰੇ ਮਿੱਤਰੋ, ਔਰ ਕੌਣ ਜਿੱਤ ਗਏ ਦੇ ਬੱਲੇ ਬੱਲੇ ਕਰਾਵੇਗਾ ਵੀ ਫੈਸਲੇ ਅਧੂਰੇ, ਔਰ ਜਿੱਤਾਂ ਦੇ ਨਾਲ ਰਹਿਣਗੇ ਬੱਲੇ ਬੱਲੇ। ਉਹ ਕੋਚ ਤੇਰੇ ਲੜ ਜੇ, ਕੱਢੂ ਵਾਲਾ ਨਾਗ ਲੜ ਜੇ ਤੇਰੇ, ਇਹ ਮੈਂ ਨੀ ਕਹਿੰਦਾ ਹੋਣਾ ਜੋਤੀ ਕਹਿੰਦਾ ਹੋਣਾ ਵੀ ਆਉ ਲੜ ਜੇ ਤੇਰੇ ਪੁਜਾਰੀ ਗੰਢੂ ਵਾਲਾ। ਆਉ ਮਿੱਤਰਾ ਗੱਲ ਜਿਹੜੀ ਟਿਕਾਣੇ ਨੀ ਲੱਗੀ, 9-8 ਦੀ ਟੱਕਰ ਹੈ। ਔਰ ਮੈਂਡੀ ਸ਼ਰਦਾ ਕਲੱਬ ਚੈਣੇਆਲ ਦੀ ਟੀਮ ਦਾ ਮੇਰੇ ਮਿੱਤਰੋ ਹੁਣ ਜੀ ਲੱਗਣੋਂ ਹਟ ਗਿਆ। ਆਉ ਮੈਂਡੀ ਖੜਾ ਪਿੱਛੇ ਤੇ ਚਿੱਤ ਨੀ ਲੱਗਦਾ ਮੁੰਡੇ ਦਾ ਵੀ ਬਣੀ ਕੀ ਜਾਂਦਾ ਗਰਾਊਂਡ ਦੇ ਵਿੱਚ, ਨੌ ਨੌ ਕੌਣ ਕਰਦਾ। ਗੱਲਾਂ ਸਮੇਂ ਦੀਆਂ ਨੇ ਮੇਰੇ ਮਿੱਤਰੋ, ਫਾਈਨਲ ਹੈ, ਲਹਿੰਗਿਆਂ ਦੀ ਧਰਤੀ ਹੈ ਤੇ ਗੱਲਾਂ ਹੋਣਗੀਆਂ ਵੀ ਜਿਹੜਾ ਫਾਈਨਲ। ਆਉ ਬੱਲੇ 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 ਹੈ ਗੁਰਜੀਤੀ ਏ ਤੂੰ ਬਾਲ, ਆਉ ਬੱਲੇ 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 ਬੱਲੇ, ਹਾਏ ਹੋ ਰੱਬਾ ਮੇਰਿਆ, ਆ ਜੌਂਟੀ ਵੇਰਿਆ ਫਿਰਦਾ ਆਊਟ ਬਾਲ। ਵੀਰੇ ਕਿਵੇਂ ਲੱਗਿਆ ਫਾਈਨਲ ਲੈਂਗੇ ਦਾ, ਤਾੜੀ ਮਾਰੋ ਜ਼ੋਰਦਾਰ ਯਾਰ ਕਮੇਟੀ ਦੇ ਲਈ। ਆਓ ਗੱਲਾਂ ਲੱਗੀਆਂ ਟਿਕਾਣੇ ਤੇ ਬਾਬਾ ਫੇਰ ਲੱਭ ਲਿਆ। ਆਓ ਮੁੰਡੇ ਆ ਗਏ ਫੇਰ ਬਾਬੇ ਦੇ ਕੋਲ, ਟੂਣਾ ਟੱਪਣ ਕਰਵਾਉਣਗੇ ਮੁੰਡੇ, ਪਰ ਦੇਖਾਂਗੇ ਕੌਣ। ਕੋਚ ਇੱਕ ਸਮੈਸ਼ ਤੇਰੀ 500 ਦੀ ਆ, ਕਮੇਟੀ ਵਾਲੇ ਕਹਿੰਦੇ ਆ ਵੀ ਆਪਾਂ ਮਾਰ ਕਰ ਦਿਆਂਗੇ ਮੁੰਡੇ ਦਾ, ਜਿੰਨੀਆਂ ਸਮੈਸ਼ਾਂ ਮਾਰਦਾ ਉਹਨੇ 500। ਔਰ ਜੇ ਮੈਚ ਜਿੱਤ ਗਿਆ ਮਿੱਤਰਾਂ ਆਉਂਦੇ ਸਾਲ ਮੋਡੀਫਾਈ ਸਕੂਟਰ ਸਾਡੇ ਵੀਰਾਂ ਵੱਲੋਂ ਦਿੱਤਾ ਜਾਣਾ ਹੈ। ਦਲਵੀਰ ਕੈਨੇਡਾ ਅਮਲੋਹ ਵੱਲੋਂ ਚੌਂਤੀ ਦੇ ਲਈ ਵੱਡਾ ਸਰਪ੍ਰਾਈਜ਼ ਹੈ, ਦਿਲਪ੍ਰੀਤ ਗਿੱਲ ਕੈਨੇਡਾ ਵੱਲੋਂ ਵੀ ਵੱਡਾ ਸਰਪ੍ਰਾਈਜ਼, ਔਰ ਭਰਾ ਸਾਡਿਆਂ ਵੱਲੋਂ
200 ਦੀ ਇੱਕ ਬਾਲ ਹੋਣੀ ਹੈ ਤੇ ਪੈਰ ਪਿੰਡ ਦਾ ਚੌਂਟੀ ਗੁਰਜੀਤ ਦੇ ਲਾ ਗਿਆ ਬਾਲ ਉਹ ਮੁੰਡੇ ਕਹਿੰਦੇ ਟਿੱਕੇ ਫਿਰਦੇ ਆ ਨੰਬਰ 61 ਜੋੜਦਾ ਆਪਣੀ ਟੀਮ ਦੇ ਲਈ ਅਨਿਲ ਦੀ ਸਿੰਗਲ ਹੈਂਡ 500 ਦੀ ਹੋਵੇਗੀ ਕਮੇਟੀ ਵੱਲੋਂ ਅਨਿਲ ਦੀ ਵੀ ਸਿੰਗਲ ਹੈਂਡ 500 ਦੀ ਔਰ ਕੋਚ ਦੀ ਵੀ ਸਿੰਗਲ ਹੈਂਡ ਜੋੜੀ 500 ਦੀ ਹੈ ਬਾਲ ਆਊਟ ਹੈ ਖੱਬਿਆ ਆਹ ਨੇੜੇ ਨਾ ਟਾਈ ਕੋਚ ਦੇ ਆਹ ਮੁੰਡਾ ਹਰਖਿਆ ਫਿਰਦਾ ਹੈ ਜੇ ਅਨਿਲ ਜਿੱਤ ਗਿਆ ਤਾਂ ਅਨਿਲ ਕੁਮਾਰ ਰੂੜੇ ਵਾਲੀ ਵੱਲੋਂ ਚਾਂਦੀ ਦੀ ਚੇਨ ਦਿੱਤੀ ਜਾਊ ਅਨਿਲ ਜੋ ਜੇ ਅਨਿਲ ਆਹ ਮੈਚ ਜਿੱਤ ਗਿਆ ਤਾਂ ਉਹ ਰੇਰੀ ਦੇ ਕਿਸੇ ਵੀ ਟੂਰਨਾਮੈਂਟ ਤੇ ਚਾਂਦੀ ਦੀ ਚੇਨ ਨਾਲ ਸਨਮਾਨ ਚਾਂਦੀ ਦੀ ਚੇਨ ਦਿੱਤੀ ਜਾਵੇਗੀ ਅਨਿਲ ਰੂੜੇ ਵਾਲੀ ਸਾਡਾ ਵੀਰ ਕਹਿੰਦਾ ਵੀ ਜੇ ਅਨਿਲ ਮੈਚ ਜਿੱਤ ਗਿਆ ਤੇ ਅਬੋਹਰ ਏਰੀਏ ਦੇ ਕਿਸੇ ਵੀ ਟੂਰਨਾਮੈਂਟ ਦੇ ਚਾਂਦੀ ਦੀ ਚੈਨ ਦੇ ਨਾਲ ਸਨਮਾਨ ਕੀਤਾ ਜਾਵੇਗਾ 100 ਸਾਡੇ ਭਰਾ ਸੁਖਦੀਪ ਵੱਲੋਂ ਵੀ ਆਉਣਾ ਹੈ ਜੇ ਅਨਿਲ ਸਿੰਗਲ ਹੈਂਡ ਮਾਰ ਕੇ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਲੈ ਵੀ 8-9 ਹੀ ਆ ਪੁਆਇੰਟ ਪਟਵਾਰੀ ਹਾਂਜੀ ਵਾਹ ਵੀ ਹਾਲੇ ਤੱਕ ਵੀ ਖੜਾ ਸਕੂਟਰ ਥਾਣੇ ਯਾਰਾਂ ਦਾ ਗੱਲਾਂ ਹੋਣਗੀਆਂ ਆਓ ਸਾਹਮਣੇ ਸਕੂਟਰ ਰੇੜਗੇ ਭਰਾ ਸਾਡੇ ਕੋਚ ਟਿਕਾਣੇ ਖੇਡ ਦੇ ਮੈਦਾਨ ਦੇ ਵਿੱਚ ਆਓ ਅਕਾਲੀ ਪਿੰਡ ਦਾ ਖੇਡ ਮੇਲਾ ਯਾਦ ਕਰ ਲਾ ਭਰਾਜ ਦਾ ਖੇਡ ਮੇਲਾ ਮਿੱਤਰਾ ਚੇਤੇ ਕਰਨਾ ਪੈਣਾ ਆਕਸੀਡ ਉਧਾਰ ਦਾ ਵੱਡਾ ਮੇਲਾ ਚੇਤੇ ਕਰਕੇ ਮਿੱਤਰਾ ਮੈਚ ਜਿੱਤਿਆ ਜਾਣਾ ਆਓ ਮੁੰਡੇ ਕਹਿੰਦੇ ਇੱਕ ਦੂਜੇ ਦੇ ਸਜਰੇ ਸ਼ਰੀਕ ਬਣੇ ਫਿਰਦੇ ਆ ਵੀ ਪੱਲੀਏ ਬਣਾਂਗੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਔਰ ਜਾਂ ਮਿੱਤਰਾਂ ਨੇ ਕੋਕਾ ਬਣਨਾ ਤੇ ਜਾਂ ਬਣ ਜਾਣਾ ਸੁਰਮਾ ਜਾਂ ਫਿਰ ਪੱਕੇ ਬਣ ਜਾਵਾਂਗੇ ਔਰ ਲਾਗੀ ਬਾਲ ਬਈ 2200 ਦੀ ਲਾਦੀ ਜੋਟੀ ਨੇ ਆ ਠੋਕਦੀ 2200 ਦੀ ਇਹ ਸਕੀਮਾ ਪੂਰੀਆਂ ਕਰਦਾ 2200 ਦੀ ਲਾਗੀ ਫਿਰ ਬਾਲਾ ਔਖਾ ਖੇੜਾ ਛੱਡਦਾ ਇਹ ਮੁੰਡਾ ਬਈਅਰ ਪਿੰਡ ਦਾ ਚੌਂਟੀ ਹੈ ਵੀ ਬਈਅਰ ਪਿੰਡ ਦਾ ਚੌਂਟੀ ਅੜੀਓ ਉਹ ਬੜਾ ਪਤੰਦਰ ਭੈੜਾ ਨੀ ਇੱਕ ਵਾਰੀ ਜੇ ਪਿੱਛੇ ਪੈ ਜੇ ਫਿਰ ਨੀ ਛੱਡਦਾ ਖੇੜਾ ਨੀ ਗੁਰਜੀਤੀ 2200 ਦੀ ਪਾਰ ਲਾ ਗਿਆ ਉਹ ਗੱਲਾਂ ਲੱਗੀਆਂ ਟਿਕਾਣੇ ਬਦਲਾ ਲੈ ਲਾ ਉਹ ਫੇਰ ਕਦੋਂ ਲੈਣਾ ਬਦਲਾ ਹੁਣੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕਿੰਨਾ ਕੁ ਦਮ ਖਾ ਇਹ ਚੌਂਟੀ ਆ ਬਈਏ ਵਾਲੀਆ ਹੁਣ ਲਾਉ ਨੰਬਰਾਂ ਦੀ ਝੜੀ ਭੰਗੜੇ ਪੈ ਗਏ ਇਧਰ ਦੀ ਜਿੱਤ ਹਾਰ ਦੇ ਇੱਕ ਪਾਸੇ ਆ ਜੇ ਯਾਰ ਚੌਂਟੀ ਦੀ ਖੇਡ ਚ ਦਮ ਲੱਗਿਆ ਇੱਕ ਤਾੜੀ ਤਾਂ ਮਾਰੋ ਯਾਰ ਚੌਂਟੀ ਦੇ ਲਈ ਇਹ ਆ ਬਈਆਰ ਦਾ ਚੌਂਟੀ ਇਹਨੂੰ ਮੁੰਡੇ ਨੂੰ ਦੁਨੀਆ ਵਾਲੀਵਾਲ ਦਾ ਮੋਨੂ ਪ੍ਰਿੰਸ ਕਹਿੰਦੀ ਆ ਐਵੇਂ ਨੀ ਮੋਟਰਸਾਈਕਲ ਜਿੱਤੇ ਵੀ ਕੋਈ ਨਾ ਕੋਈ ਤੇ ਖੂਬੀ ਹੋਊਗੀ ਜ਼ਰੂਰ ਐਵੇਂ ਤਾਂ ਨੀ ਲੋਕੀ ਸਾਨੂੰ ਕਰਦੇ ਸਲਾਮਾ ਮੈਚ ਤਗੜਾ ਸਮੈਸ਼ 1100 ਦੀ ਵਾਹ ਦੀ ਵਾਹ ਪਟਵਾਰੀ ਲੱਗ ਗਿਆ ਪੁਆਇੰਟ 10 ਹੋ ਗਈ ਚੌਥੀ ਤਾਂ ਨਹੀਂ ਰਹੀ ਹੁਣ 11 ਹੋ ਗਈ ਕਰਦੀ ਹੀ ਨਾ ਉਹਨੇ 10-8 ਚੱਕ ਦੇ ਆਂਡੀ ਚੌਥੀ 5 ਬਣਾ ਲੈ 1100 ਹੋ ਗਿਆ ਨਾ ਉਹਦਾ ਜੇ ਹੋਰ ਕੋ ਨੰਬਰ ਲਊ ਉਹ ਲਿਖ ਦੇ ਇਹ ਤਾਂ ਲਾ ਦਾ ਕੁੱਟ ਕੇ ਬਸ ਜੀ ਬਾਈ ਕਿੰਨੇ ਹੋ ਗਏ ਸਕੋਰ ਬਾਈ 10-8 ਸਕੋਰ ਆ ਬਾਈ 10-8 ਪੁਆਇੰਟ ਹੈ ਜੀ 10-8 ਲੈ ਵੀ ਮਾਰੋ ਤਾੜੀ ਦੁਆਰੇ ਫੇਰ ਮੈਚ ਸ਼ੁਰੂ ਹੋਣ ਲੱਗਿਆ ਲੈ ਕੇ ਆਉਂਦੀ ਧਰਤੀ ਹੈ ਔਰ ਸਾਤਾ ਮਹਾਪੁਰਸ਼ਾਂ ਦੀ ਬੜੀ ਵੱਡੀ ਰਹਿਮਤ ਹੈ ਸਿਆਣੇ ਕਹਿੰਦੇ ਨੇ ਵਰਿੰਦਰਾ ਵੀ ਨੀਤਾਂ ਸਾਫ ਆ ਤੇ ਸਾਰਾ ਕੁਝ ਮਾਫ ਹੈ ਪਰ ਬੰਦ ਕਬੀਰਾਂ ਦੇ ਆ ਫਾਈਨਲ ਮੈਚ ਨੇ ਦੁੱਖ ਤੋੜਦੇ ਆ ਔਰ ਕਮੇਟੀ ਵਾਲੇ ਵੀਰ ਸਾਡੇ ਕਹਿ ਰਹੇ ਨੇ ਵੀ ਅਨਿਲ ਜੇ ਸਮੈਸ਼ ਮਾਰੇ ਤੇ ਅਨਿਲ ਦਾ 1100 ਜੇ ਕੋਚ ਸਮੈਸ਼ ਮਾਰਦਾ ਤੇ ਕੋਚ ਨੂੰ 1100 ਦਿੱਤਾ ਜਾਣਾ ਹੈ ਔਰ ਸਾਹਮਣੇ ਬਾਲ ਗੁਰਜੀਤੀ ਜੇ ਤੂੰ ਲਾ ਗਿਆ ਜੌਂਟੀ ਤੇ ਮੈਂਡੀ ਸ਼ਰਮਾ ਸਾਡਾ ਵੀਰ ਕਹਿੰਦਾ ਵੀ ਆਪਾਂ 1100 ਦੇ ਦਿਆਂਗੇ ਵੱਡੇ ਪਾਰ ਤੇ ਸਨਮਾਨ ਹੋਣਗੇ ਦੱਸ ਦੇ 8 ਦੀ ਟੱਕਰਾ ਕੈਪਟਨ ਪਹਿਲਾਂ ਲੀਡ ਬੜੀ ਲੱਗੀ ਆ ਔਰ ਜੌਂਟੀ ਨੂੰ ਰੋਕਣ ਦਾ ਤੈਨੂੰ ਵੱਲ ਆਉਂਦਾ ਔਰ ਕਰਨਾ ਕਾਬੂ ਜੇ ਹੁੰਦਾ ਭਗੜੇ ਪੈ ਗਏ ਭਗੜੇ ਪੈ ਗਏ ਵੀ ਪੈਂਦੇ ਬਿਨਾਂ ਢੋਲ ਤੋਂ ਭਗੜੇ ਦੁਨੀਆਂ ਵੇਂਦੀ ਖੜ ਖੜ ਕੇ ਤੇ ਨਵੇਂ ਪਿੰਡ ਦਾ ਰਾਜਾ ਖੇਲਾ ਔਰ ਲਿਖਦਾ ਕੋਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਚੜ ਚੜ ਕੇ 11 ਤੇ
8 ਟੋਟਲ ਲਿਖੀ ਚੱਲੀ ਗਲਤੀ ਦਾ ਦਲੀਲ ਆ ਜਾਏਗਾ 1101 ਤੇ 801 ਟੋਟਲ ਕਰਦੀ ਹੋਗੀ ਉਹਦੀ ਨਿਬੇੜ ਦਾਂ ਗੂਗਲ ਪੇ ਸਾਹਮਣੇ ਬੋਲਦੇ ਦਲਸ਼ਾਹ ਦਲਵੀਰ ਬਾਈ ਵਾਲੇ ਭਾਈ ਔਰ ਦਲਵੀਰ ਸਾਡੇ ਭਰਾ ਬਲੀਓ ਐਡਵਾਂਸ ਹੁੰਦੇ ਆ ਉਹਦੇ ਪਹਿਲਾ 15-15-20-20 ਰੁਪਏ ਐਡਵਾਂਸ ਆਇਆ ਪਿਆ ਹੁੰਦਾ ਦਿਲਪ੍ਰੀਤ ਗਿੱਲ ਕੈਨੇਡਾ ਹੋਣੀ ਔਰ ਸਾਹਮਣੇ 12-8 ਹੋ ਗਏ ਖੇਡ ਬਾਕੀ ਹੈ ਔਰ ਇਹਨਾਂ ਨੇ ਵੀ ਲੀਡ ਪੱਟੀ ਹੈ ਤੇ ਲੀਡ ਮੇਰੇ ਮਿੱਤਰੋ ਤੁਸੀਂ ਵੀ ਪੱਟ ਸਕਦੇ ਹੋ ਪਰਮਿਆ ਸਾਰੀ ਦੀ ਸਾਰੀ ਗੱਲ ਤੇਰੇ ਤੇ ਹੈ ਆਹ ਕੋਚ ਫੇਰ ਆ ਗਿਆ ਬੱਲੇ ਆਹ ਪਰ ਕੋਚ ਭੋਲੇ ਪੈਰੀ ਨੀ ਮੰਨਦੇ ਇਹਦਾ ਧੱਫੜੀ ਪਾਉਣਾ ਪੈਣਾ ਆਹ ਗੱਲ ਜਿਹੜੀ ਫੇਰ ਟਿਕਾਣੇ ਲੱਗ ਜੂਗੀ ਗੱਲਾਂ ਲੱਗਣਗੀਆਂ ਚੌਂਟੀ ਦੇ ਕੋਚ ਵਾਹ ਤੇਰੇ ਚੌਂਟੀ ਵਾਹੜੇ ਪਵਾ ਗਿਆ ਆਹ ਮੁੰਡਾ ਕਹੇ ਕੋਚ ਆ ਇਹ ਮੁੰਡਾ ਸਕੂਟਰ ਦੇ ਨੇੜੇ ਤੇੜੇ ਲੱਗਿਆ ਫਿਰਦਾ ਮੁੰਡਾ ਤੇਲ ਪਾਣੀ ਚੈੱਕ ਕਰਦਾ ਫਿਰਦਾ ਵੀ ਲੈ ਕੇ ਜਾਵਾਂਗੇ ਆਉਂਦੇ ਸਾਲ 13 ਹੋ ਗਏ ਹਰਪ੍ਰੀਤ ਨੀ ਬੋਲਦਾ ਪਤਾ ਨੀ ਕੀ ਗੱਲ ਆ ਹਰਪ੍ਰੀਤ 13 ਹੀ ਹੋ ਗਏ 13 ਤੇ 8 5 ਪੁਆਇੰਟਾਂ ਦਾ ਫਰਕ ਆ ਲਹਿੰਗੇ ਵਾਲਾ ਪਿੰਡਾਂ ਮਿੱਤਰਾਂ ਦਾ ਔਰ ਬਹੁਤ ਚੋਟੀ ਦੇ ਮੈਚ ਖੇਡੇ ਗਏ ਪਰ ਆਹ ਫਾਈਨਲ ਮੈਚ ਨੇ ਪ੍ਰਬੰਧਕ ਵੀਰਾਂ ਦੇ ਸਾਰੇ ਪੈਸੇ ਜਿਹੜੇ ਲੱਗੇ ਵਸੂਲ ਕਰ ਦਿੱਤੇ ਨੇ ਗੁਰਜੀਤ ਵੀ ਲਾ ਗਿਆ ਜੌਂਟੀ ਤੇ ਤਾਂ ਵੀ 1100 ਦੀ ਹੋਊ ਬਾਈ ਦਲਵੀਰ ਵੱਲੋਂ ਔਰ ਜੇ ਗੁਰਜੀਤ ਜੌਂਟੀ ਤੇ ਲਾ ਗਿਆ ਤਾਂ ਵੀ 1100 ਰੁਪਇਆ ਦਲਵੀਰ ਅਮਲੋਕ ਕੈਨੇਡਾ ਵੱਲੋਂ ਹੋਣਾ ਹੈ ਔਰ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਵੀਰਾਂ ਦਾ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਸਕੀਮਾਂ ਵੱਡੀਆਂ ਲੱਗੀਆਂ ਹੋਈਆਂ ਨੇ ਪਰ ਹੁਣ ਮੇਰੇ ਮਿੱਤਰੋ ਪਹਿਲੇ ਪ੍ਰਾਈਜ਼ ਤੇ ਦੂਜੇ ਪ੍ਰਾਈਜ਼ ਵਾਲੀ ਪੋਸਟ ਦਾ ਫਰਕ ਬੜਾ ਪੈਂਦਾ ਉਹ ਗੱਲਾਂ ਲੱਗ ਜਾਣਗੀਆਂ ਟਿਕਾਣੇ ਚੌਂਤੀ ਨੰਬਰ ਜੋੜ ਪਰ ਸਾਹਮਣੇ ਸੱਤਿਆ ਕੱਲੀ ਸ਼ਾਬਾਸ਼ ਇਹਨਾਂ ਨੂੰ ਦੇਈ ਆਉਣਾ ਮਿੱਤਰਾ ਵੀ ਟੱਕਾ ਤੋੜਨਾ ਪੈਣਾ ਬਾਲ ਨੂੰ ਹੱਥ ਲਾਉਣਾ ਪੈਣਾ ਬਾਈ ਬਾਲਾਂ ਮੋੜਦੀਆਂ ਪੈਣਗੀਆਂ 8-13 ਦੀ ਟੱਕਰ ਮੈਂਡੀ ਸ਼ਰਮਾ ਕਲੱਬ ਚੈਣਿਆਂ ਦੀ ਟੀਮ ਦੀ ਤਰਫੋਂ ਉਹ ਕੋਚ ਇੱਕ ਪਾਸੇ ਖੜਾ ਇਧਰਲੀ ਸਾਈਡ ਤੇ ਦੂਜੇ ਪਾਸੇ ਮੁੰਡਾ ਅਨਿਲ ਸੱਦੀ ਬੈਠੇ ਨੇ ਆਹ ਮੁੰਡਾ ਵਾਲੀਬਾਲ ਦਾ ਕੈਪਟਨ ਹੈ ਔਰ ਸਿਰੇ ਦੀਆਂ ਬਾਲਾਂ ਕਹਿੰਦੇ ਲਾ ਰਿਹਾ ਹੈ ਲੀਡ ਜਿਹੜੀ 5 ਪੁਆਇੰਟਾਂ ਦੀ ਬਣਾਈ ਬੈਠੇ ਹੈ 8 ਦੇ ਚੱਕੇ ਜਾਮ ਔਰ ਚੱਕੇ ਜਾਮ ਕਰੇ ਪਏ ਨੇ ਮੁੰਡਿਆਂ ਨੇ ਕੋਚ ਹੈ ਇਹ ਦੂਜੇ ਪਾਸੇ ਸੁਖਦੀਪ ਆ ਬਾਬੇ ਹੋਣੀ ਜੁਝਾਰ ਵਰਗੇ ਪਰਮ ਵਰਗੇ ਮੁੰਡੇ ਵਾਲੀਬਾਲ ਨਾਲ ਦਿਲੋਂ ਚੁਣੇ ਬੈਠੇ ਆ ਵੱਡੇ ਮਿਹਨਤ ਨੇ ਮੁੰਡੇ ਕਰਦੇ ਪਰ ਅੱਜ ਮੇਰੇ ਮਿੱਤਰੋ ਕੌਣ ਜਿੱਤ ਕੇ ਬੱਲੇ ਬੱਲੇ ਕਰਾ ਦੇਗਾ ਬਾਲ ਆਊਟ ਹੈ 13 ਤੇ 8 ਦੀ ਟੱਕਰ ਹੈ ਆਓ ਮੁੰਡੇ ਕਹਿੰਦੇ ਮੇਰੇ ਮਿੱਤਰੋ ਭਿੱਜੇ ਫਿਰਦੇ ਆ ਮੁੜਕੋ ਮੁੜਕੀ ਹੋਏ ਫਿਰਦੇ ਨੇ ਵੀ ਮੁੜਕੋ ਮੁੜਕੀ ਹੋ ਗਿਆ ਆਓ ਦੇਖੋ ਜ਼ੋਰ ਚੋਬਰਾਂ ਦਾ ਤੇ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਬਰਾਂ ਦਾ ਬਾਬਲੂ ਗਿੱਲ ਚੈਣੇ ਵਾਲਾ ਵੀਰੇ ਉੱਧਰ ਚੈਣੇ ਵਾਲਾ ਇੱਧਰ ਜੋਧਪੁਰੀਆ ਰਾਜੇ ਖੇਲੇ ਮਰਦ ਮਦਾਨੋ ਵੈਲਕਮ ਬਾਈ ਬਬਲੂ ਗਿੱਲ ਫਤਿਹਗੜ੍ਹ ਪੰਜ ਤੋਂ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਮਰਦਾਂ ਦੀ ਖੇਡ ਹੈ ਦਲੇਰਾਂ ਦੀ ਖੇਡ ਹੈ ਔਰ ਨੰਬਰ 13 ਤੋਂ 14 ਹੁਣ ਦੌੜ ਕਰਦਾ ਹੈ ਪਵਣੀ ਹੈ ਔਰ ਚੌਂਤੀ ਹੈ ਮੁੰਡਾ ਕਹਿੰਦੇ ਵੇਰਿਆ ਫਿਰਦਾ ਬੱਲੇ 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 ਕੋਈ ਚੱਕਰ ਨੀ ਜੌਂਤੀ ਇਹ ਕਿਹੜਾ ਕੁੰਭ ਦਾ ਮੇਲਾ ਵੀ 12 ਸਾਲਾਂ ਬਾਅਦ ਆਊਗਾ ਬਾਲ ਆ ਦੁਬਾਰੇ ਫੇਰ ਬਣ ਜੂ ਤੇ ਫੇਰ ਕੱਢ ਲਈ ਭੜਾ ਜਿਹੜੀ ਕੱਢਣੀ ਹੈ 8 ਤੇ 8-13 ਚੇਂਜ ਹੀ ਹੋ ਗਈ ਵੀਰੇ ਦੋ ਵਾਰ ਉਹ ਦਲਪ੍ਰੀਤ ਬਾਈ ਸਿੱਧਾ ਹੀ ਪਾ ਦੇ ਮੈਚ ਜਿੱਤਣ ਤੇ ਵੀ ਅੱਡਾ 2100 ਅੱਡਾ 1100 ਦਾ ਪਹਿਲਾਂ ਰਹਿੰਦਾ ਸਾਰੇ ਟੋਟਲ ਕਰਕੇ ਨਮੇੜ ਦੇਵਾਂਗੇ ਔਰ ਸਿਰੇ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ 8-13 ਦੀ ਟੱਕਰ ਹੈ ਔਰ ਸਾਹਮਣੇ ਹਾਲੇ ਨੀ ਆਹ ਮੁੰਡੇ ਮੇਰੇ ਮਿੱਤਰੋ ਨੰਬਰ
ਜੋੜਨ ਨੂੰ ਫਿਰਦੇ ਨੇ ਬਾਬੇ ਨੇ ਕਹਿੰਦੇ ਕੋਚ ਦੇ ਡਾਇਲ ਘੁਮਾਤੇ ਆ ਔਰ ਨੰਬਰ 9ਵਾਂ ਜੁੜ ਗਿਆ 9-13 ਔਰ ਰੇਸ਼ਮ ਬਾਈ ਦਾ ਜੀ ਕਰਦਾ ਵੀ ਭੱਜ ਕੇ ਜਾ ਕੇ ਗਰਾਊਂਡ ਦੇ ਵਿੱਚ ਜੋਧਪੁਰੀਆ ਕੈਪਟਨ ਆ ਉਧਰ ਵੀਰੇ ਸੈਂਟਰ ਜੋਧਪੁਰੀਆ ਨੇ ਲਾ ਮੋਡੀਫਾਈ ਸਕੂਲ ਵਧੀਆ ਮਨਦੀਪ ਸਿੱਧੂ ਵਧੀਆ ਬਾਈ ਕਹਿੰਦੇ ਕੋਚ ਨੂੰ 9-13 ਹੋ ਗਏ ਬਾਈ ਉਧਰ ਜੋਧਪੁਰੀਆ ਕੈਪਟਨ ਆ ਸੈਂਟਰ ਜਵਾਬ ਨੂੰ ਭੇਜ ਕਿਉਂ ਗਿਆ ਇਹ ਬਾਈ ਸਕੋਰ ਲਿਖਣ ਲਾਇਆ ਵਾ ਮੇਰੇ ਪੈਸਿਆਂ ਵਾਲੇ ਜਿਹੜਾ ਲਿਖਦਾ ਕਾਪੀ ਇਹਦੇ ਕੋਲੇ ਕੁਛ ਨੀ ਆਉਂਦਾ ਹੁਣ ਇੰਨਾ ਵੀ ਕਰਾਇਆ ਹੀ ਆ ਖਿੱਚ ਦੋ ਕੰਮ ਕੁਛ ਨੀ ਆਉਂਦਾ ਪਤਾ ਕੀ ਆ ਬਾਈ ਇਹਦੀ ਲਿਹਾਜ਼ ਆ ਫਰਕ ਪੈ ਜਾਂਦਾ ਤੁਸੀਂ ਕਮੇਟੀ ਹੋ ਜਿਵੇਂ ਕਰਦੇ ਹੋ ਲਿਆ ਮੈਂ ਲਿਖ ਦਿੰਦਾ ਲਿਆ ਥੋੜਾ ਪੈਨ ਦੇ ਜਾ ਹਾਂਜੀ ਹਾਂਜੀ ਫਾਈਨਲ ਆ ਫਾਈਨਲ ਵੀਰੇ ਦਲਵੀਰ ਬਾਈ ਜਿਹੜਾ 200 ਨੰਬਰਾਂ ਸੀ 5 ਲੱਗ ਗਈਆਂ ਜਿਹੜੀ 11-11 ਸੌ ਵਾਲੇ ਸੀ 2 ਲੱਗ ਗਈਆਂ 2200 ਦੀ ਲੱਗ ਗਈ ਐਨ ਪੈਂਦੇ ਆ ਪਟਾਕੇ 9-13 ਤੋਂ ਫਿਰ ਚੱਲ ਪਿਆ ਕੰਮ ਵੀਰੇ ਫਾਈਨਲ ਮੈਚ ਜੋਧਪੁਰੀਆ ਵਰਸੇ ਚੈਣੇ ਵਾਲਾ ਗੋਪੀ ਵੰਗੀ ਨੀ ਆਇਆ ਵੀਰੇ ਜੋੜ ਲੱਗਿਆ ਪਿਆ ਹੈ ਔਰ ਸਾਹਮਣੇ ਦੇਖਾਂਗੇ ਪਰ 10ਵਾਂ ਨੰਬਰ ਜੋੜਦਾ ਕੌਣ ਹੈ ਔਰ ਵੱਡਾ ਹੌਸਲਾ ਕਰਕੇ ਬਾਲ ਜਿਹੜੀ ਲਾਉਣੀ ਪੈਣੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਿਹੜੇ ਖਿਡਾਰੀ ਨੇ ਕਮਾਲ ਕਰਨੀ ਹੈ ਇਹਦੇ ਹੌਸਲੇ ਦੀਆਂ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਵੀ ਜੇ ਜਿਗਰਾ ਹੈ ਨਹੀਂ ਤਾਂ ਕੀ ਕਰਦੇ ਜਿਸਮ ਹੱਟੇ ਦੇ ਖੱਟੇ ਉਹ ਕਾਮਯਾਬ ਨਹੀਂ ਹੁੰਦੇ ਬਈ ਜਿਹੜੇ ਜਿਹੜੇ ਲਾਉਂਦੇ ਰੱਟੇ ਤੇ ਕਾਗਜ਼ ਵੀ ਖੁਦ ਨਹੀਂ ਫੜਦਾ ਆਉ ਲਿਖ ਲਿਖ ਕੇ ਉਸ ਨੂੰ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਵੱਡੀ ਤਪੱਸਿਆ ਕਰਨੀ ਪੈਂਦੀ ਹੈ ਫੇਰ ਕਿਤੇ ਜਾ ਕੇ ਆਪਾਂ ਕਹਿੰਦੇ ਹਾਂ ਵੀ ਆਹ ਮੁੰਡਾ ਫਲਾਣੇ ਪਿੰਡ ਦਾ ਤੇ ਸਟਾਰ ਬਣ ਗਿਆ ਔਰ ਜੋਧਪੁਰੀਆ ਮੁੰਡਾ ਕਹਿੰਦੇ ਬਾਲਾ ਪਵਨ ਤੇ ਲਾਉਣ ਨੂੰ ਫਿਰਦਾ ਹੈ ਪਰ ਪਵਨ ਵੀ ਮੇਰੇ ਮਿੱਤਰੋ ਔਹ ਮੁੰਡਾ ਭੇਤੀ ਬਹੁਤ ਹੈ ਕਿਉਂਕਿ ਲਗਾਤਾਰ ਮੈਚ ਖੇਡਿਆ ਹੋਇਆ ਹੈ ਇਹ ਵੀ ਇੱਕ ਮੇਰੇ ਮਿੱਤਰੋ ਵਾਲੀਵਾਲ ਦਾ ਕਹੀਏ ਵੀ ਪੁਰਾਣਾ ਥੰਮ ਹੈ ਮੁੰਡਾ ਪਰ ਨੰਬਰ 10ਵੇਂ ਤੇ ਹੁਣ ਜਿਹੜੀ ਗੱਲ ਖੜ ਗਈ ਹੈ ਵੀ ਦਿੰਦੀ ਗਿੱਦੜੀ ਔਹ ਜਨਮ ਸਦਾ ਗਿੱਦੜਾਂ ਨੂੰ ਤੇ ਕਰ ਸਕਦੀ ਸ਼ੇਰਨੀ ਹੈ ਸ਼ੇਰ ਪੈਦਾ ਔਹ ਚੰਨ ਪੁੰਨਿਆਂ ਦਾ ਰਾਤ ਨੂੰ ਦਿਨ ਚਾੜੇ ਤੇ ਕਰਦੀ ਮੱਸਿਆ ਹੈ ਸਦਾ ਸੁਨੇਹਰ ਪੈਦਾ ਜਿਹੜੀ ਮਿੱਟੀ ਦੇ ਵਿੱਚ ਆਉਂਦੀ ਆ ਕਿੱਲ ਬਹੁਤੀ ਆ ਉੱਥੇ ਹੁੰਦੀ ਆ ਫਸਲ ਢੇਰ ਪੈਦਾ ਤੇ ਕੀਤੀ ਹੁੰਦੀ ਤਪੱਸਿਆ ਜਿੰਨਾ ਮਾਪਿਆਂ ਨੇ ਹੁੰਦਾ ਉਹਨਾਂ ਦੇ ਘਰ ਪੁੱਤ ਪਲੇਅਰ ਪੈਦਾ ਆਓ ਮੁੰਡਾ ਕਹਿੰਦੇ ਕਮਲ ਕਮਾਲ ਕਰ ਗਿਆ ਕਮਲ ਨੇ ਕਮਾਲ ਕਰ ਦਿੱਤੀ ਹੈ 13-9 13-9 ਬਹੁਤ ਸੋਹਣਾ ਮੈਚ ਚੱਲ ਰਿਹਾ ਹੈ ਔਰ 14ਵੇਂ ਨੰਬਰ ਤੇ ਕੱਲੀ ਕੱਲੀ ਅੱਖ ਖੜੀ ਆ ਦਰਸ਼ਕਾਂ ਦੇ ਵੀ ਔਰ ਦਿਲਾਂ ਦੀਆਂ ਧੜਕਣਾਂ ਤੇਜ਼ ਨੇ 14 ਹੋ ਗਏ ਵੀਰੇ ਬਾਲ ਕੋਚ ਨੇ ਲਾਈ ਹੈ ਮੇਰੇ ਖਿਆਲ ਬਾਲ ਕਿਤੇ ਲੱਗੀ ਉਧਰ ਬਾਈ ਅਨਿਲ ਤੇ ਵੱਜ ਕੇ ਗਈ ਆਊਟ ਅਨਿਲ ਤੇ ਵੱਜ ਕੇ ਗਈ ਬਸ ਠੀਕ ਹੈ ਫਾਈਨਲ ਖੇਡ ਰਹੇ ਹੋ ਮਿੱਤਰੋ ਔਰ ਪਰ ਜੇ ਆ ਅੱਜ ਜਿੱਤ ਕੇ ਬੱਲੇ ਬੱਲੇ ਕਰਾਵੋ ਤੇ ਫੇਰ ਗੱਲ ਬਣਦੀ ਹੈ ਪਰ ਚੌਂਟੀ ਦੀ ਅੱਖ ਤੇ ਮੈਨੂੰ ਗੁਰਜੀਤੀ ਦੇ ਲੱਗਦੀ ਹੈ ਵੀ ਅੱਜ ਮੇਰੇ ਮਿੱਤਰੋ ਇਹਦਾ ਮੋਰ ਬਣਾ ਕੇ ਜਾਣਾ ਚੰਗੀ ਤਰ੍ਹਾਂ ਚੌਂਟੀ ਦੀ ਅੱਖ ਮੈਨੂੰ
आओ मेरे मित्रों जोड़ी गुरजीती दी लगती है भी अगे ही मोर बना है। आओ मुंडा कहते नंबर 15वां जोड़ने लिए ट्राई जड़ी कर रहा है। खेड के मैदान के जिला खेड इश्क की बाजी आओ कदे हार के बह जी ना आओ खिलाड़ी जित भी जाते ने खिलाड़ी हार भी जाते ने। भाई किवें लगी यार खेड एक बारी ताड़ी मारो जे फाइनल मैच चंगा लग रहा है। नंबर 15वां आओ मुंडा कहते कोच नेड़े तेड़े हो गया आओ सामने खेड के मैदान के कमेंट्री दिलशाद दिलशाद वीरे कोच की स्मैश जड़ी 2100 दी आ कमेटी वालों आओ कोच स्मैश मारदा ते कमेटी वालों 2100 दिता जाएगा कौन बल्ले बल्ले करवाउंदा है। पर सामने खेड के मैदान के गुरजीत भी मुंडा बहुत दिमागी है और मुंडे ने कहते कमाल कर दी है। 9-15 कमाल कर दी है। ये मुंडा बड़े नरम जे सुभा का है पर इहदी खेड बड़ी गर्म है। ये मुंडा बोलदा है ते लोकी सुनदे रे भी बोली जावे। 1100 दी बब्बू लालियां वाली दुबई दुबई है कि सऊदी है बब्बू लालियां वाली 1100 दी कोच दी स्मैश कोच दी स्मैश बब्बू लालियां वाली लालियां वाली पिंड दा बब्बू साडा वीर कह रहा भी अपने वल्लों 1100 दी होवेगी दुबई जा वसिया साडा वीर ओहदे वल्लों कोच दी स्मैश जिहड़ी 1100 दी होनी है। पर सामने हुण मेरे मित्रों मसला जिहड़ा होर भी लंबा हो गया है। खेड दे मैदान चुण किहड़े खिडारी ने सफलता जोड़ देनी है इहदे टाइम दीआं गल्लां होणगीआं। पैणे वाले पिंड दा गुरजीती भी बड़ा दिमाग ते जोर ला रिहा है मैच जित्तण दे लई। और सामने 500 परम दा आ गया बाल तों खुश हो के दलवीर भाई वल्लों और जिहड़ी बाल पहला गुरजीत ने ड्रॉप सुटी सी ओह बाल तों खुश हो के ना परम दी ठीक है जी जिहड़ा परम दा स्मैश दा टप्पा पाया ਉਹ ਬਾਲ ਤੋਂ ਖੁਸ਼ ਹੋ ਕੇ ਦਲਵੀਰ ਕਨੇਡਾ ਵੱਲੋਂ 500 ਰੁਪਇਆ ਜਿਹੜਾ ਪਰਮ ਦੇ ਲਈ ਪੁੱਜਦਾ ਕਰ ਦਿੱਤਾ ਗਿਆ ਹੈ। ਬਹੁਤ ਵੱਡਾ ਮੈਂ ਧੰਨਵਾਦ ਕਰਦਾ ਵੀਰ ਸਾਡੇ ਕਨੇਡਾ ਵਾਲੇ ਸਾਡੇ ਵਾਲੀਬਾਲ ਦੇ ਗੋਲਡਨ ਸਪੋਂਸਰ ਨੇ ਜਿਹੜੇ ਸਾਡੇ ਵੀਰ ਲਾਈਵ ਤੱਕ ਰਹੇ ਆ। ਮੈਂ ਇਕੱਲੇ ਇਕੱਲੇ ਭਰਾ ਦਾ ਦਿਲੋਂ ਧੰਨਵਾਦ ਕਰਦਾ ਹੈ। ਲੈ ਵੀ 11 ਹੋ ਗਏ 11-15 11-15 हो गए वीरे 11-15 दी 11-15 चार पॉइंटां दा फर्क है। और सामने हाले नहीं पता भी ये चार जां उधरले पासे छे जुड़दे हैं। सिंह बाजवा भी आ गया प्यार भेजदा बड़े और उधर मैं तहे दिलों धन्नवाद करदा है बुद्ध सिंह बाजवा साडा वीर है और बड़ा प्यार भेजा चांगली पिंड दे वरिंदर दे लई और इन्हां बोलां दे लई मैं तहे दिलों धन्नवाद करदा बुद्ध बाजवा साडा भाई है और रौनकां जिहड़ियां साडे वीर दे पिंड जिहड़ियां ओह कल नूं लगणगीआं क्योंकि तरीकां बदल गईआं ने और जौंटी ने आ पॉइंट जोड़ दित्ता। फिर एक 15-11 मैदान च गल्लां जिहड़ियां लगणगीआं टिकाणे मैच नेड़े तेड़े आ कैप्टन आओ मार करके सद्या मैंडी शर्मा क्लब ने ते मित्रा मैच ने हुण इत्थों जित गया लीड पट के ते फेर गल्लां होणगीआं वी कैप्टन पूरा फिट है। आओ नंबर लास्ट है मेरे मित्रों वी जित्तां हारां दे ना फैसले दलवीर बाई ने रखिया करता शो बाई ने गोल्ड की चैन दू
ਅਮਲੋਹ ਦੇ ਟੂਰਨਾਮੈਂਟ ਤੇ ਜੇ ਆ ਮੈਂ ਜਿੱਤ ਗਿਆ ਤਾਂ ਔਰ ਜੇ ਆ ਮੈਂ ਜਿੱਤ ਗਿਆ ਚੌਂਟੀ ਸਰਪ੍ਰਾਈਜ਼ ਸੀ ਉਹ ਬੋਲੀ ਜਿਹੜਾ ਸਰਪ੍ਰਾਈਜ਼ ਸੀਗਾ ਚੌਂਟੀ ਦੇ ਲਈ ਔਰ ਅਮਲੋਹ ਦੇ ਖੇਡ ਟੂਰਨਾਮੈਂਟ ਤੇ ਚੌਂਟੀ ਦਾ ਸਨਮਾਨ ਗੋਲਡ ਚੈਨ ਨਾ ਕੀਤਾ ਯਾਰਾ ਯਾਰ ਤਾੜੀ ਮਾਰ ਬਹੁਤ ਜ਼ੋਰਦਾਰ ਲਓ ਜੀ ਫਸਟ ਚੈਨ ਯਾਰ ਵੀਰੇ ਆਪਾਂ ਪੈਸਿਆਂ ਦਾ ਹਿਸਾਬ ਕਿਤਾਬ ਕਰ ਦਈਏ ਵੀਰੇ ਲਾਈਵ ਦੇ ਮੂਹਰੇ ਕਰਾਂਗੇ ਪੈਸੇ ਦਾ ਹਿਸਾਬ ਕਿਤਾਬ ਸਤਨਾਮ ਮੜਾ ਜੌਂਟੀ ਦੇ ਪੈਸੇ ਦਿੱਤੇ ਜਾਣਗੇ ਮੇਰੇ ਵੀਰ ਬਣ ਕੇ ਆਪੇ ਆਪਣੇ ਵਾਲੋ ਜਿਹੜੇ ਪਰਮ ਨੂੰ ਵੀ ਆਵਾਜ਼ ਮਾਰਦਾ ਔਰ ਬਾਈ ਯਾਰ ਜਾਂਦੇ ਯਾਰੇ ਤਾੜੀ ਦਾ ਮਾਰ ਦੋ ਜ਼ੋਰਦਾਰ ਜੇ